ਚੁੱਕੋ ਚੁੱਪ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਹਰ ਰੋਜ਼ ਦੀ ਤਰ੍ਹਾਂ ਸਤਿਗੁਰੂ ਜੀ ਦਾ ਜਸ ਆਪ ਜੀ ਬੜੇ ਪਿਆਰ ਨਾਲ ਸਰਵਣ ਕਰ ਰਹੇ ਸੀ, ਆਓ ਆਪਣਾ ਧਿਆਨ ਸੁਰਤੀ ਬਿਰਤੀ ਮਹਾਰਾਜ ਜੀ ਦੇ ਚਰਨਾਂ ਵਿੱਚ ਹੋਰ ਇਕਾਗਰ ਕਰੀਏ। ਅੱਜ ਦਾ ਦਿਨ ਦੁਨੀਆ ਦੇ ਇਤਿਹਾਸ ਵਿੱਚ ਬਹੁਤ ਵੱਡਾ ਦਿਨ ਹੈ, ਜਿਸ ਦਿਨ ਨੂੰ ਦੁਨੀਆ ਦੀਆਂ ਵੱਡੀਆਂ ਵੱਡੀਆਂ ਤਾਕਤਾਂ ਨੇ ਵੀ ਸਿਰ ਨਵਾ ਕੇ ਸਿਜਦਾ ਕੀਤਾ ਹੈ। ਉਹ ਹੈ 12 ਸਤੰਬਰ 1897 ਵਾਪਰੀ ਸਾਰਾਗੜ੍ਹੀ ਦੀ ਮਹਾਨ ਘਟਨਾ। ਆਓ ਗੁਰੂ ਸਵਾਰਿਓ ਆਪਣਾ ਅੱਜ ਧਿਆਨ ਇਤਿਹਾਸ ਦੀ ਲੜੀ ਵਿੱਚ ਅਤੇ ਸਤਿਗੁਰੂ ਪਾਤਸ਼ਾਹ ਕਿਵੇਂ ਆਪਣੇ ਪਿਆਰਿਆਂ ਵਿੱਚ ਵਰਤ ਜਾਂਦੇ ਹਨ, ਕਿਵੇਂ ਆਮ ਮਨੁੱਖ ਤੋਂ ਗੁਰੂ ਸਾਹਿਬ ਤਾਕਤ ਦੇਖ ਕੇ ਕਿਤਨਾ ਮਹਾਨ ਬਣਾ ਦਿੰਦੇ ਹਨ, ਦਰਸ਼ਨ ਕਰਾਂਗੇ। ਫਤਿਹ ਬੁਲਾਓ ਅਤੇ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਪਵਿੱਤਰ ਬਚਨ ਘਰ ਕਹਿੰਦੇ ਦੁਨੀਆ ਦਾ ਕੋਈ ਵੀ ਇਨਸਾਨ ਜਦੋਂ ਸਮਰੱਥ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਚਰਨਾਂ ਵਿੱਚ ਆ ਕੇ ਸਤਿਗੁਰੂ ਜੀ ਦੇ ਸ਼ਬਦ ਦੀ ਟੈਗ ਲੈ ਕੇ ਇਹਨਾਂ ਨਾਲ ਜੁੜਦਾ ਏ ਅਤੇ ਮਹਾਰਾਜ ਬਲਕਾਰੀ ਪੁਰ ਆਪਣੇ ਦਿਓਕਾੜੀ ਸਦਵਾਰ ਜਿਨ ਮਾਨਸ ਅਤੇ ਦੇਵਤੇ ਕੀ ਮਨੁੱਖ ਤੋਂ ਦੇਵਤਾ ਬਣਾ ਦਿੰਦੇ ਅਤੇ ਇਹ ਕੰਮ ਕਰਦਿਆਂ ਕਰਤ ਨਾ ਲਾਤੀ ਵਾਰ ਦੇਰ ਨਹੀਂ ਕਰਦੇ ਇੱਕਦਮ ਜ਼ਿੰਦਗੀ ਤਬਦੀਲ ਕਰਕੇ ਸਤਿਗੁਰੂ ਜੀ ਰੱਖ ਦਿੱਤੇ। ਗੁਰੂ ਕੇ ਪਿਆਰਿਓ ਦੁਨੀਆ ਦੇ ਇਤਿਹਾਸ ਵਿੱਚ ਜਿਹੜੀ ਅੱਧ ਘਟਨਾ ਵਾਪਰੀ ਪਹਿਲਾਂ ਉਸ 'ਤੇ ਥੋੜ੍ਹਾ ਜਿਹਾ ਧਿਆਨ ਕੇਂਦਰਿਤ ਕਰਕੇ ਫਿਰ ਇਸ ਵਿਸ਼ੇ ਦਾ ਖੁਲਾਸਾ ਕਰਾਂਗੇ। ਮਹਾਰਾਜ ਜੀ ਦੇ ਘਰ ਅੰਦਰ ਪਿਆਰਿਓ 3 ਗੜੀਆਂ ਸਿੱਖ ਪੰਚ ਦੀਆਂ ਅੰਤਾਂ ਦੀਆਂ ਮਸ਼ਹੂਰ ਹਨ। ਇੱਕ ਚਮਕੌਰ ਦੀ ਗੜੀ 1705 ਵਿੱਚ ਜਿੱਥੇ 40 ਸਿੰਘਾਂ ਨੇ 10 ਲੱਖ ਫੌਜ ਦਾ ਟਾਕਰਾ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ। ਸਤਿਗੁਰੂ ਦਾ ਵਾਹ ਵੀ ਨਹੀਂ ਵਿੰਗਾ ਕਰ ਸਕੀਆਂ ਫੌਜਾਂ ਅਤੇ ਇੱਕ ਵੀ ਸਿੰਘ ਨੇ ਆਤਮ ਸਮਰਪਣ ਨਹੀਂ ਕੀਤਾ, ਸਗੋਂ ਦੁਸ਼ਮਣ ਸ਼ਰਮਿੰਦਾ ਹੋ ਗਿਆ। ਦੂਸਰੀ ਹੈ 1715 ਅਖੀਰ ਅਤੇ 16 ਉਹ ਇਹ ਗੁਰਦਾਸ ਨੰਗਲ ਦੀ ਗੜੀ ਜਿੱਥੇ 8 ਮਕੀਨ ਇਹਦੇ ਘੇਰੇ ਦਰਮਿਆਨ ਬਾਬਾ ਬੰਦਾ ਸਿੰਘ ਬਹਾਦਰ ਉਸ ਜ਼ਮਾਨੇ ਦੀ ਜਿਹੜੀ ਲੋੜ ਸੀ ਉਹਦੇ ਮੁਤਾਬਕ ਪਹਿਲਾਂ ਜੰਗ ਕਰਦੇ ਹਨ, ਪਰ ਜਦੋਂ ਭੁੱਖ ਦੇ ਦੁੱਖ ਤੋਂ ਸਾਰੇ ਗ੍ਰਿਫਤਾਰ ਹੋਏ ਅਤੇ 800 ਸਿੰਘਾਂ ਵਿੱਚੋਂ ਇੱਕ ਨੇ ਵੀ ਗੁਰੂ ਕੇ ਪਿਆਰਿਓ ਜਿਹੜੇ ਪਕੜੇ ਗਏ, ਇੱਕ ਨੇ ਵੀ ਕਿਧਰੇ ਆਪਣਾ ਗੁਰੂ ਸਾਹਿਬ ਤੋਂ ਭਰੋਸਾ ਡੁਲਾਇਆ ਨਹੀਂ ਹੈ। ਫਿਰ ਤੀਸਰੀ ਸਾਕਾਗੜ੍ਹੀ, ਸਾਰਾਗੜ੍ਹੀ ਦਾ ਸਾਕਾ ਪਿਆਰਿਓ ਦੁਨੀਆ ਵਿੱਚ ਇਹ ਮੰਨੀ ਪ੍ਰਮੰਨੀ ਘਟਨਾ ਹੈ, ਕੇਵਲ ਸਿੱਖਾਂ 'ਚ ਨਹੀਂ ਪੂਰੇ ਵਰਲਡ ਦੇ ਅੰਦਰ ਕੀ ਹੋਇਆ ਸੀ। ਅੰਗਰੇਜ਼ ਰਾਜ ਨੇ ਸਿੱਖ ਰਾਜ ਨੂੰ ਖੋਹ ਲਿਆ, ਉਸ ਤੋਂ ਬਾਅਦ ਅੰਗਰੇਜ਼ਾਂ ਨੂੰ ਪਤਾ ਸੀ ਸਿੱਖਾਂ ਦੀ ਤਾਕਤ ਕਿਤਨੀ ਹੈ ਅਤੇ ਇਮਾਨਦਾਰ ਕਿਤਨੇ ਨੇ। ਜੇ ਅੰਗਰੇਜ਼ ਸਿੱਖਾਂ ਨਾਲ ਧੋਖਾ ਨਾ ਕਰਦੇ, ਬੇਈਮਾਨੀ ਨਾ ਕਰਦੇ ਤਾਂ ਕੋਈ ਦੁਨੀਆ ਦੀ ਤਾਕਤ ਇਹਨਾਂ ਕੋਲ ਰਾਜ ਭਾਗ ਕੋਈ ਨਹੀਂ ਸੀ ਸਕਦੀ। ਮਹਾਰਾਜਾ ਰਣਜੀਤ ਸਿੰਘ ਵੇਲੇ ਤੁਸੀਂ ਹੈਰਾਨ ਹੋਵੋਗੇ, 3 ਤਾਕਤਾਂ ਵੱਡੀਆਂ ਸਨ। ਇਹ ਸਾਨੂੰ ਅੱਤ ਜ਼ਰੂਰੀ ਮਾਣ ਵਾਲੀਆਂ ਗੱਲਾਂ ਨੇ। ਦੁਨੀਆ ਵਿੱਚ ਕਈ ਵਾਰ ਅਸੀਂ ਇੰਝ ਮਹਿਸੂਸ ਕਰਦੇ ਹਾਂ ਪਛੜੇ ਜਾਏ, ਜਿਵੇਂ ਸਾਡੀ ਕੋਈ ਵੈਲਿਊ ਨਾ ਹੋਵੇ। ਤੁਹਾਡੀ ਤਾਕਤ ਕੋਈ ਛੋਟੀ ਮੋਟੀ ਤਾਕਤ ਨਹੀਂ ਸਤਿਗੁਰਾਂ ਨੇ ਬਣਾਈ ਪਿਆਰਿਓ। ਉਸ ਵਕਤ ਇੱਕ ਸੀ ਤਾਕਤ ਨੈਪੋਲੀਅਨ ਦੀ, ਦੂਸਰੀ ਅੰਗਰੇਜ਼ ਦੀ ਅਤੇ ਤੀਸਰੀ ਸੀ ਮਹਾਰਾਜਾ ਰਣਜੀਤ ਸਿੰਘ ਦੀ।
ਨੈਪੋਲੀਅਨ ਜਦੋਂ ਇੱਧਰੋਂ ਲੜਦਾ ਲੜਦਾ ਉਸ ਨਾਲ ਅੰਗਰੇਜ਼ ਨੂੰ ਖਤਰਾ ਸੀ ਕਿ ਹਿੰਦੁਸਤਾਨ ਵੱਲ ਉਹ ਵੱਧ ਰਿਹਾ ਹੈ, ਕਿਧਰੇ ਆ ਗਿਆ। ਅੰਗਰੇਜ਼ ਕਪੂਰੀ ਕੌਮ ਅਤੇ ਬਹਾਦਰ ਡਰ ਗਏ ਕਿ ਨੈਪੋਲੀਅਨ ਦਾ ਟਾਕਰਾ ਸੀ ਇਕੱਲੇ ਨਹੀਂ ਕਰ ਸਕਦੇ। ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਦੋਸਤੀ ਪਾਈ, ਅੰਦਰੋਂ ਕਪਟ ਸੀ ਪਰ ਬਾਹਰੋਂ ਦੋਸਤੀ ਦਾ ਹੱਥ ਵਟਾਇਆ, ਸਿਹਣੇ ਭੇਜੇ, ਮੁਲਾਕਾਤਾਂ ਕੀਤੀਆਂ ਕਰਕੇ ਅਤੇ ਇਹਨਾਂ ਨੇ ਬੇਨਤੀ ਪੱਤਰ ਭੇਜਿਆ। ਅੰਗਰੇਜ਼ ਤਾਕਤ ਨੇ ਉਹ ਲਿਖਤੀ ਰੂਪ 'ਚ ਕਹਿਣ ਲੱਗੇ, ਦੁਨੀਆ ਦੀਆਂ ਵੱਡੀਆਂ ਤਾਕਤਾਂ 'ਚੋਂ ਸਭ ਤੋਂ ਵੱਡੀ ਤਾਕਤ ਤੁਹਾਡੀ ਇਸ ਵਕਤ 'ਤੇ, ਅਸੀਂ ਉਹਨੂੰ ਪ੍ਰਵਾਨ ਕਰਦੇ ਹਾਂ। ਕਹਿੰਦੇ ਨੈਪੋਲੀਅਨ ਆ ਰਿਹਾ, ਅਸੀਂ ਚਾਹੁੰਦੇ ਹਾਂ ਉਹ ਕਾਫੀ ਉਹਦੇ ਕੋਲ ਤਾਕਤ 'ਤੇ, ਅਸੀਂ ਦੋਨੋਂ ਰਲ ਕੇ ਉਹਦਾ ਮੁਕਾਬਲਾ ਕਰਾਂਗੇ, ਸੰਧੀ ਕਰੋ। ਅਤੇ ਮਹਾਰਾਜਾ ਰਣਜੀਤ ਸਿੰਘ ਦਾ ਜਵਾਬ ਸੀ ਅੱਗੋਂ ਅੰਗਰੇਜ਼ ਨੂੰ, ਕਹਿਣ ਲੱਗਾ ਜੇ ਨੈਪੋਲੀਅਨ ਆਏਗਾ ਮੈਨੂੰ ਅੰਗਰੇਜ਼ ਰਾਜ ਦੀ ਤਾਕਤ ਦੀ ਸਮਰੱਥਾ ਅਤੇ ਮਦਦ ਦੀ ਲੋੜ ਨੇ, ਉਹਨੂੰ ਇਕੱਲਾ ਹੀ ਖਾਲਸਾ ਨਜਿੱਠ ਕੇ ਵਾਪਸ ਤੋਰ ਸਕਦਾ। ਉਹ ਹੋਰ ਡਰ ਗਏ ਪਿਆਰਿਓ, ਅਤੇ ਐਸੇ ਹੀ ਉਹ ਨੈਪੋਲੀਅਨ ਪਹੁੰਚਿਆ ਹੀ ਨਹੀਂ, ਪਿੱਛੋਂ ਬਗਾਵਤ ਹੋ ਗਈ। ਮੈਂ ਬੇਨਤੀ ਕਰ ਰਿਹਾ ਸਾਂ, ਜਦੋਂ ਅੰਗਰੇਜ਼ ਰਾਜ ਹੋ ਗਿਆ, 1897 ਦੀ ਘਟਨਾ, ਸਤੰਬਰ 12 ਦੀ, ਜੋ ਅੱਜ 12 ਸਤੰਬਰ ਨੂੰ ਪਿਆਰਿਓ, ਕੀ ਹੋਇਆ ਸੀ, ਇੱਕ 15,000 ਅਫਗਾਨ 'ਤੇ ਰਹਿਣ ਵਾਲੇ ਕਬਾਇਲੀਆਂ ਨੇ, ਉਹ ਹਮੇਸ਼ਾ ਕਿਧਰੇ ਨਾ ਕਿਧਰੇ ਹਮਲੇ ਕਰਦੇ ਰਹਿੰਦੇ ਸਨ। ਲੋਕਾਟ ਅਤੇ ਗੁਲਿਸਤਾਨ ਕਿਲ੍ਹੇ ਸਨ, ਉਹਦੇ ਦਰਮਿਆਨ ਇੱਕ ਚੌਂਕੀ ਸੀ, ਵਿਚਕਾਰ ਇੱਕ ਨਿੱਕੀ ਜਿਹੀ ਪੋਸਟ ਸੀ ਜਿੱਥੇ ਅੰਗਰੇਜ਼ ਰਾਜ ਵੱਲੋਂ ਸਿੱਖ ਫੌਜੀ ਉੱਥੇ ਡਿਊਟੀ ਦੇ ਰਹੇ ਸਨ। ਈਸ਼ਰ ਸਿੰਘ ਉਹਨਾਂ ਦੀ ਅਗਵਾਈ ਕਰਦਾ ਹੈ, 20 ਉਹਦੇ ਨਾਲ ਹੋਰ ਸਿੱਖ ਫੌਜੀ, 21 ਫੌਜੀ ਨੇ ਟੋਟਲ, ਕੇਵਲ 21 ਫੌਜੀਆਂ ਨੂੰ ਅਚਾਨਕ ਇਹੋ ਜਿਹੇ ਹਾਲਾਤ ਬਣੇ, ਬਾਕੀਆਂ ਨਾਲੋਂ ਇਹਨਾਂ ਦਾ ਸੰਬੰਧ ਟੁੱਟ ਗਿਆ। 15,000 ਕਬਾਇਲੀਆਂ ਨੇ ਹਮਲਾ ਕੀਤਾ, ਉਹਨਾਂ ਦਾ ਟਾਕਰਾ 21 ਕਰਦੇ ਰਹੇ। ਅੰਗਰੇਜ਼ ਵਾਇਰਲੈਸ 'ਤੇ ਬੈਠਾ ਸੀਗਾ, 21 ਵਿੱਚੋਂ ਗੁਰਮੁਖ ਸਿੰਘ ਨਾਮ ਦਾ ਇੱਕ ਆਦਮੀ ਉਹ ਰਿਪੋਰਟ ਬਾਹਰ ਭੇਜ ਰਿਹਾ ਹੈ। ਉਹ ਕਹਿੰਦੇ ਜਿਵੇਂ ਹੋ ਸਕਦਾ ਹੈ 15,000 ਦਾ ਮੁਕਾਬਲਾ 21 ਤੋਂ ਦਿਖਾਉਣਾ ਨਹੀਂ, ਤੁਸੀਂ ਛੱਡ ਕੇ, ਤੁਸੀਂ ਦਾਅ ਲਾ ਕੇ ਬਾਹਰ ਆ ਜਾਓ, ਤੁਸੀਂ ਆ ਸਕਦੇ ਹੋ, ਤਰੀਕੇ ਹੁੰਦੇ ਜੰਗਾਂ 'ਚ ਕਿਵੇਂ ਨਿਕਲਣਾ। ਉਹਨੇ ਜਵਾਬ ਦਿੱਤਾ ਸੀ, ਇਹ ਕਲਗੀਆਂ ਵਾਲੇ ਪਿਤਾ ਦੇ ਸਿੱਖ ਨੇ, ਇਹ ਭੱਜਣਾ ਨਹੀਂ ਜਾਣਦੇ, ਬਹੁਤਿਆਂ ਦੀ ਗਿਣਤੀ ਵੇਖ ਕੇ ਡੋਲਣਾ ਨਹੀਂ ਜਾਣਦੇ, ਤੁਹਾਡੀ ਵਫਾਦਾਰੀ ਨਿਭਾ ਕੇ ਪ੍ਰਾਣ ਤਿਆਗਾਂਗੇ। 21 ਨੇ ਟਾਕਰਾ ਕਰਕੇ ਸ਼ਹੀਦ ਹੋਣਗੇ ਪਰ ਦੌੜ ਕੇ ਆਉਣਗੇ ਨਹੀਂ। ਪਿਆਰਿਓ ਜਦੇ ਗੱਲ ਸੁਣੀਏ ਪਹਿਲਾਂ ਜਾਣਦੇ ਸੀ। ਇੱਕ ਮੈਂ ਹੋਰ ਬੇਨਤੀ ਕਰਾਂ, ਅਫਗਾਨ ਇਹੋ ਜਿਹਾ ਸ਼ੁਰੂ ਤੋਂ ਲੈ ਕੇ ਇੱਥੋਂ ਦੇ ਲੋਕ ਹਮਲਾ ਕਰ ਰਹੇ ਨੇ, ਅਬਦਾਲੀ ਵਰਗੇ ਵੀ ਇੱਥੋਂ ਹੁੰਦੇ ਰਹੇ। ਪਿਆਰਿਓ ਅਫਗਾਨ 'ਤੇ ਅੱਜ ਤੱਕ ਕਿਸੇ ਨੇ ਰਾਜ ਨਹੀਂ ਸੀ ਕਰਨ ਦਿੱਤਾ ਉਹਨਾਂ ਨੇ ਕਿਸੇ ਨੂੰ ਵੀ। ਪਹਿਲੀ ਵਾਰ ਸਰਦਾਰ ਹਰੀ ਸਿੰਘ ਨਲੂਏ ਨੇ ਉੱਥੇ ਜਾ ਕੇ ਰਾਜ ਕਾਇਮ ਕੀਤਾ ਸੀ, ਅਫਗਾਨਾਂ ਨੂੰ ਨੱਚ ਪਾਈ ਅਤੇ ਹਰੀ ਸਿੰਘ ਨਲੂਏ ਨੇ। ਉਸ ਤੋਂ ਬਾਅਦ 1970 ਵਿੱਚ ਕੇਵਲ ਰੂਸ ਨੇ ਗੁਰੂ ਕੇ ਪੈਰ ਉਸ ਤਾਕਤ 'ਤੇ ਹਮਲਾ ਕੀਤਾ, ਅਤੇ ਤੀਜੀ ਵਾਰੀ 2001 ਵਿੱਚ ਜਦੋਂ ਇਸ ਅਮੈਰੀਕਾ ਨਾਲ ਪਿਆਸ ਵਿਵਾਦ 'ਤੇ ਇਹਨਾਂ ਨੇ ਉੱਥੇ ਜਾ ਕੇ ਉਸ 'ਤੇ ਹਮਲਾ ਕੀਤਾ, ਅਤੇ ਜੋ ਕੁਝ ਹੋਇਆ ਜਿਹੜਾ ਕੱਲ੍ਹ ਦਾ ਦਿਨ ਸੀ ਇਹਦੇ ਬਦਲੇ ਵਿੱਚ ਹੋਇਆ ਸੀ। ਅੱਜ ਤੱਕ ਇਤਿਹਾਸ ਦੇ ਅੰਦਰ ਉਹ ਇਤਨੇ ਤਾਕਤਵਰ ਲੋਕ ਮੰਨੇ ਗਏ, 21 ਸਿੰਘ ਸਨ ਸਤਿਗੁਰੂ ਕੇ ਪਿਆਰੇ, ਜਿਨ੍ਹਾਂ ਨੇ ਅੱਗੋਂ ਜਵਾਬ ਦਿੱਤਾ। ਅੰਗਰੇਜ਼ ਹੈਰਾਨ ਸਨ, ਕਮਾਲ ਕਿਵੇਂ ਲੜਨਗੇ, ਉਹ ਭੇਜ ਰਿਹਾ ਸੀ ਕਿਵੇਂ, ਦੋ ਦੋ ਚਾਰ ਚਾਰ ਹੋ ਕੇ ਕਿਵੇਂ ਟਾਕਰਾ ਕਰਦੇ ਕਰਨ। ਉਹਨਾਂ ਨੇ ਹੌਲੀ ਹੌਲੀ 21 ਚੋਂ 11 ਬੰਦੇ ਸ਼ਹੀਦ ਕਰ ਦਿੱਤੇ, 10 ਰਹਿ ਗਏ। ਜਦੋਂ 10 ਰਹਿ ਗਏ ਨਾ, ਤੇ ਉਦੋਂ ਵਾਰਸ ਤੇ ਦੱਸਿਆ ਸੀ 10 ਰਹਿ ਗਏ ਆ, ਪਰ ਟਾਕਰਾ ਚੱਲ ਰਿਹਾ ਏ, ਉਹ ਹਰ ਖੀਲਾ ਵਰਤ ਰਹੇ ਕਰਨ ਪਰ ਉਹਨਾਂ ਦੀ ਪੇਸ਼ ਨਹੀਂ ਗੁਜਾ ਰਹੇ। ਇਹ ਕੋਈ ਨਾਂ 'ਤੇ ਸੀ ਗੁਰੂ ਕੇ ਪਿਆਰਿਓ ਕਿਲ੍ਹਾ, ਛੋਟੀ ਜਿਹੀ ਪੋਸਟ ਉਹ ਗੜੀ ਦੀ ਬਣਾਈ, ਕੋਈ ਟੈਂਪਰੇਰੀ, ਕੋਈ ਬਹੁਤਾ ਤਾਂ ਪੜਦਾ ਵੀ ਨਹੀਂ, ਪਰ ਸਿੱਖਾਂ ਦਾ ਡਰ ਇਹਨਾਂ ਨੇੜੇ ਨਹੀਂ। ਇਹਨਾਂ ਨੇ ਕੀਤਾ ਅੱਗ ਲਾਈ, 4 ਚਪੇਰੇ ਅਫਗਾਨੀਆਂ ਨੇ
ਅੱਗ ਲਾ ਕੇ ਧੂੰਆਂ ਕੀਤਾ ਅਤੇ ਧੂੰਏ ਦੀ ਆੜ ਵਿੱਚ ਦੌੜ ਕੇ ਉਸ ਗੜੀ 'ਤੇ ਨੇੜੇ ਚਲੇ ਗਏ ਅਤੇ ਕੰਧ ਢਾਕ ਕੇ ਹਮਲਾ ਕੀਤਾ। ਗੁਰਮੁਖ ਸਿੰਘ ਜਿਹੜਾ ਵਾਇਰਲੈਸ 'ਤੇ ਦੱਸ ਰਿਹਾ ਸੀ ਉਹ ਦੱਸ ਰਿਹਾ ਹੁਣ ਪੰਜ ਰਹਿ ਗਏ, ਹੁਣ ਚਾਰ ਰਹਿ ਗਏ। ਕਹਿਣ ਲੱਗੇ ਹੁਣ ਕੇਵਲ ਇਹ ਸਾਡੇ ਨਾਲ ਦੇ ਬਚਦੇ ਤਿੰਨ ਈਸ਼ਰ ਸਿੰਘ 'ਤੇ ਲੱਗ ਕੇ ਉਹ ਲੜਾਈ ਕਰ ਰਿਹਾ ਏ। ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਨਹੀਂ ਕੋਈ ਸੁਣਿਆ ਭੇਜ ਸਕਣਾ ਕਿਉਂਕਿ ਮੈਂ ਵੀ ਲੜਾਈ ਵਿੱਚ ਅੱਗੇ ਹੋ ਕੇ ਜਵਾਬ ਦੇਣ ਆਏ। ਇਹ ਆਖਰੀ ਸੰਦੇਸ਼ ਸੀ ਗੁਰਮੁਖ ਸਿੰਘ ਦਾ। ਉਸ ਤੋਂ ਬਾਅਦ ਪਿਆਰਿਓ ਜਿਵੇਂ ਜਿਵੇਂ ਉਹ ਜੰਗ ਹੋਈ ਲਿਖਿਆ ਗਿਆ ਉਹ 21 ਦੇ 21 ਗੁਰੂ ਕੇ ਦੁਲਾਰੇ 15,000 ਨਾਲ ਲੜ ਕੇ ਉਹਨਾਂ 'ਚੋਂ ਸੈਂਕੜਿਆਂ ਤੋਂ ਵੱਧ ਬੰਦੇ ਮਾਰ ਕੇ ਸ਼ਹਾਦਤ ਦਾ ਜਾਮ ਪੀਣ ਦੇ ਕਾਰਨ ਉਸ ਵਕਤ ਇੰਗਲੈਂਡ ਦੀ ਰਾਣੀ ਅਤੇ ਸਾਰੀ ਫੌਜ ਨੇ ਸਭ ਤੋਂ ਵੱਡਾ ਜਿਹੜਾ ਫੌਜਾਂ ਵਿੱਚ ਇਨਾਮ ਹੁੰਦਾ ਏ ਉਹ ਉਹਨੂੰ ਮੰਨਿਆ ਸੀ ਸਨਮਾਨ ਚਿੰਨ। ਅੱਜ ਤੱਕ ਇੰਗਲੈਂਡ ਦੇ ਸਕੂਲਾਂ, ਫਰਾਂਸ ਵਿੱਚ, ਦੁਨੀਆਂ ਦੇ ਫੌਜੀ ਜਿੱਥੇ ਵੀ ਕਹਿਣ ਉਹਨਾਂ ਸਕੂਲਾਂ 'ਚ ਉਹ ਹਿਸਟਰੀ ਪੜ੍ਹਾਈ ਜਾਂਦੀ ਹੈ। ਉਹਨਾਂ ਗੋਰਿਆਂ ਨੇ ਕਿਹਾ ਸੀ ਦੁਨੀਆਂ ਦੀਆਂ 5 ਮਹਾਨ ਜੰਗਾਂ 'ਚੋਂ ਇੱਕ ਜੰਗ ਹੈ ਸਾਤਾ ਗੜੀ 'ਤੇ। ਗੁਰੂ ਕੇ ਪਿਆਰਿਓ ਮੈਂ ਬੇਨਤੀ ਕਰ ਰਿਹਾ ਸਾਂ ਉਹ 21-40 ਲੜਦੇ ਨੇ ਲੱਖਾਂ ਨਾਲ, ਇੱਥੇ 21 ਲੜਦੇ ਨੇ ਹਜ਼ਾਰਾਂ ਨਾਲ, ਪਰ ਇਹ ਤਾਕਤ ਕਿੱਥੋਂ ਆਉਂਦੀ ਹੈ? ਇਹ ਤਾਕਤ ਗੁਰੂ ਕੇ ਪਿਆਰਿਓ ਸਰੀਰਾਂ ਦੀ ਨਹੀਂ। ਮੈਂ ਇੱਕ ਬੇਨਤੀ ਕਰਾਂ ਅੱਜ ਉਹ ਪੱਖ ਹੈ ਤੁਸੀਂ ਸਿਆਣਿਓ ਸਾਰੇ ਮੇਰੇ ਵੀਰ ਭੈਣ, ਇਹ ਤਾਕਤ ਸਤਿਗੁਰਾਂ ਦੀਆਂ ਵਰਤਦੀਆਂ ਨੇ ਪਿੱਛੇ ਸਾਰੀਆਂ। ਮਹਾਰਾਜ ਜੀ ਦਾ ਬਚਨ ਇਹ ਨਾ, ਉਹ ਮੈਂ ਕਹਿਣ ਤੋਂ ਪਹਿਲਾਂ ਕਹਿਣ ਲੱਗਾ ਸਾਂ, ਅਬਦਾਲੀ ਨੇ ਜਦੋਂ 1764 ਵਿੱਚ ਹਮਲਾ ਕੀਤਾ ਵੀ ਸਿੱਖਾਂ ਨੇ ਫਿਰ ਕਬਜ਼ੇ ਕਰ ਲਏ ਘੱਲੂ ਘਰ ਦੇ ਤੋਂ ਬਾਅਦ ਵੀ ਇਤਨਾ ਕੁਛ ਹੋਇਆ ਅਤੇ ਉਦੋਂ ਇਹਨੇ ਨਾ ਜਹਾਦ ਦਾ ਨਾਮ ਲੈ ਕੇ ਬਹੁਤ ਫੌਜ ਤੋਰ ਕੇ ਹਮਲਾ ਕਰਨਾ ਚਾਹਿਆ ਪੰਜਾਬ 'ਤੇ। ਉਹ 'ਚੋਂ ਇੱਕ ਆਦਮੀ ਸੀ ਕਾਜੀ ਨੂਰ ਮੁਹੰਮਦ, ਜਿਹੜਾ ਡੇਰਾ ਇਸਮਾਇਲ ਖਾਨ ਦਾ ਗਾਜ਼ੀ ਬਣਨਾ ਚਾਹੁੰਦਾ ਸੀ ਅਤੇ ਉਹ ਚਾਹੁੰਦਾ ਸੀ ਇਹਨਾਂ ਨੂੰ ਅਫਗਾਨੀਆਂ ਨੂੰ ਖੁਸ਼ ਕਿਵੇਂ ਕਰਨਾ। ਉਹਨੇ ਇਜਾਜ਼ਤ ਮੰਗੀ ਅਬਦਾਲੀ ਕੋਲੋਂ, ਮੈਂ ਰਿਪੋਰਟਰ ਹਾਂ, ਪੱਤਰਕਾਰ ਹਾਂ, ਮੈਂ ਲਿਖਦਾ ਵਾਂ, ਇਜਾਜ਼ਤ ਹੋਵੇ ਮੈਂ ਤੁਹਾਡੇ ਨਾਲ ਚੱਲਾਂ, ਉਸ ਜੰਗ ਦਾ ਸਾਰਾ ਵਾਕਿਆ ਮੈਂ ਲਿਖਣਾ ਚਾਹੁੰਦਾ। ਉਹ ਜਦੋਂ ਗਿਆ ਉਹ ਨਾਲ ਰਿਹਾ ਏ, ਉਹ ਸਿੱਖਾਂ ਨੂੰ ਨਾ ਸੱਗ ਲਿਖਦਾ, ਫਾਰਸੀ ਅੰਦਰ ਸੱਗ ਦਾ ਮਤਲਬ ਹੁੰਦਾ ਕੁੱਤਾ, ਉਹ ਲਿਖਦਾ ਏ ਜਿਹੜੇ ਸਿੰਘਾਂ ਬਾਰੇ ਭਈ ਇਹ ਸੱਗ ਨੇ। ਪਰ ਜਦੋਂ ਟਾਈਟਲ 'ਤੇ ਇਹ ਲਿਖਦਾ ਵਿੱਚ ਹੈਰਾਨ ਹੋ ਜਾਂਦਾ, ਕਹਿੰਦਾ ਮੈਂ ਕੀ ਕਰਾਂ ਇਹਨਾਂ ਨੂੰ, ਕਿਧਰੇ ਸੱਗ ਨਾ ਆਖੋ ਇਹ ਤਾਂ ਸ਼ੇਰ ਕਾਲ। ਕਹਿੰਦਾ ਸ਼ੇਰਾਂ ਨੂੰ ਸੱਗ ਕਹਿਣਾ ਵੱਡੀ ਗਲਤੀ ਏ, ਪਰ ਉਹਨਾਂ ਮਾਲਕਾਂ ਨੂੰ ਖੁਸ਼ ਕਰਨ ਲਈ ਸੱਗ ਲਿਖਦਾ ਵੀ ਏ। ਕਹਿੰਦਾ ਕਮਾਲ ਹੈ, ਕਹਿੰਦਾ ਮੈਂ ਇਹਨਾਂ ਦੇ ਲੜਾਈ ਦੇ ਢੰਗ ਬਹਾਦਰੀ ਵੇਖ ਕੇ ਅਸ਼ ਅਸ਼ ਕਰ ਉੱਠਿਆ ਵਾ। ਕਹਿਣ ਲੱਗਾ ਅਫਗਾਨੀਓ, ਜੇ ਤੁਸੀਂ ਬਹਾਦਰੀ ਤੱਕਣੀ ਹੋਵੇ ਤੇ ਗੁਰੂ ਕੇ ਸਿੰਘਾਂ ਦੀ ਬਹਾਦਰੀ ਤੱਕੋ। ਉਹ ਲਿਖਦਾ ਏ ਜਦੋਂ ਇਹ ਕਿਧਰੇ ਤਲਵਾਰ ਕੱਢ ਲੈਂਦੇ ਕਾਹਨ ਅਤੇ ਇਹਨਾਂ ਦੇ ਅੰਦਰ ਪਤਾ ਨਹੀਂ ਕਿੱਥੋਂ ਤਾਕਤ ਆ ਜਾਂਦੀ, ਹਜ਼ਾਰਾਂ ਹੀ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ। ਗੁਰੂ ਕੇ ਪਿਆਰੂ ਨੇ ਬੜੀ ਸੋਹਣੀਆਂ 2-3 ਗੱਲਾਂ ਜਿਹੜੀਆਂ ਲਿਖੀਆਂ ਉਹ ਮੈਂ ਜ਼ਰੂਰ ਸਾਂਝੀਆਂ ਕਰਨਾ ਚਾਹੁੰਦਾ ਵਾਂ। ਕਹਿਣ ਲੱਗੇ ਇਹ ਜਿਹੜੇ ਜਦੋਂ ਬੰਦੂਕ ਫੜਦੇ ਨੇ ਅਤੇ ਕਹਿੰਦੇ ਬੰਦੂਕ ਦੀ ਕਾੜ ਉਹਨੇ ਨਹੀਂ ਕੱਢੀ ਜਿਹਦਾ ਨਾਮ ਬਹੁਤ ਮਸ਼ਹੂਰ ਲਿਆ ਗਿਆ ਹੈ, ਕਹਿੰਦੇ ਜਾਪਦਾ ਹੈ ਵੀ ਇਹਨਾਂ ਸਿੰਘਾਂ ਦੀ ਕਾੜ ਹੈ ਅਤੇ ਜਦੋਂ ਕਿਧਰੇ ਨੇਜੇ ਦਾ ਮੂੰਹ ਉੱਪਰ ਕਰਦੇ ਅਤੇ ਹਿਮਾਲਿਆ ਪਰਬਤ ਨੂੰ ਵੀ ਖਿਲਾ ਕੇ ਰੱਖ ਦਿੰਦੇ ਨੇ ਅਤੇ ਜਦੋਂ ਕਿਧਰੇ ਕਮਾਨ ਦਾ ਚਿੱਲਾ ਖਿੱਚਦੇ ਨੇ ਅਤੇ ਉਹ ਨਹੀਂ ਖਿੱਚਦੇ ਦੁਸ਼ਮਣਾਂ ਦੀ ਜਾਨ ਹੀ ਖਿੱਚ ਲੈਂਦੇ ਨੇ। ਉਹ ਕਹਿੰਦੇ ਇਹਨਾਂ ਦਾ ਸਰੀਰ ਅਤੇ ਜਿੰਦ ਬਾਰੇ ਗੱਲ ਕਰਦਾ, ਕਹਿੰਦਾ ਸਰੀਰ ਇਹਨਾਂ ਦੇ ਇੰਜ ਨੇ ਜਿਵੇਂ ਪਹਾੜ ਦਾ ਟੁਕੜਾ ਹੋਣ ਅਤੇ ਜਾਨ ਇਹਨਾਂ 'ਚ ਇੰਨੀ ਏ ਵੀ ਜਿਵੇਂ 50 ਬੰਦਿਆਂ ਦੀ ਜਾਨ ਇੱਕ ਬੰਦੇ 'ਚ ਪਾ ਦਿੱਤੀ ਹੋਵੇ ਤਾਕਤ। ਪਰ ਕਾਜੀ ਨੂਰ ਮੁਹੰਮਦ ਤੂੰ ਸਮਝਿਆ ਨਹੀਂ, ਇੱਕ ਸਿੰਘ 'ਚ 50 ਬੰਦਿਆਂ ਦੀ ਤਾਕਤ ਨਹੀਂ ਗੁਰੂ ਨੇ ਪਾਈ, ਇਹਦੇ ਵਿੱਚ ਤਾਕਤ ਉਸਨੇ ਲੱਖਾਂ ਕਰੋੜਾਂ ਤੋਂ ਵੱਧ ਪਾ ਦਿੱਤੀ ਹੈ। ਪਿਆਰਿਓ ਇਹ ਕੇਵਲ ਇਮੋਸ਼ਨਲ ਕਰਨ ਲਈ ਨਹੀਂ ਮੈਂ ਗੱਲ ਕਹਿ ਰਿਹਾ ਵੀ ਆਪਣੀ ਸਿਫਤ
इतिहास कह रहा है दुनिया के सामने प्यारे हो सतगुरु सच्चे पातशाह जी के चरणों च बैठे हो। गुरु ग्रंथ साहब अंदर गुरु रामदास पिता की वडियाई भट्टा ने किते भट्टा ने पट नल जी वो दसते ने जो सतगुरु किसी मनुख के वल हो जाता है तो सतगुरु किन्नी कु ताकत भर देंदा शरीर तो उड़े ही ने जिमें आम लोगों के अंदर कोई चीज़ बदल के सतगुरु रख देते ने जिहड़ी वेखी नहीं जा सकते पर जगत सिखां दे कारनामे तो वेखदा कि किन्नी ताकत के वो कहिंदे जाम गुरु कोहे वल तने क्या गर्व दिजे। जे मेरे सतगुरु जी वल जदों कौण तां उदो इहदे कोल धन बहुत आउंदा है पर धन दा हंकार नहीं सतगुरु रहण देंदे। धन आउंदा जदों गुरु वल होवे धन दा हंकार नहीं। जाम गुरु कोहे वल लख बाहे क्या किजे। जे सतगुरु जी वल कौण ते कहिंदे लखां बाहां भाव लखां मनुख इन्हां दा कख नहीं बिगाड़ सकते जेकर सतगुरु जी वल कौण। ये सतगुरु जी की ताकत गुरु ग्रंथ साहिब जी अंदर प्यारे हो जो सिख नूं देंदे हो लिखती रूप विच है 1399 अंग ते जे महाराज कहिंदे जाम गुरु कोहे वल ज्ञान अर ध्यान अनन पर। जे सतगुरु जी वल कौण ते ज्ञान ते ध्यान सतगुरु अंदरों ध्यान टिका के अपने वल ते ज्ञान इन्हां नूं ओह देंदे कन इन्हां नूं किसे होर ज्ञान ध्यान की लोड़ नहीं रह जांदी। अपना पुछिया सी सिखो तुसी मुट्ठी भर जंगलों च रह के रातां ते दिन कट्टण वाले भुखे प्यासे तुहाडे कोल मैदान ते जंग विच जा के नहीं ताकत किथों आ जांदी है। की तुहाडे सामने हुंदा पता नहीं लगता सानू असीं जिहड़े बहादुर हाँ। वह कहिंदे कुछ भी नहीं जदों मैदान ते जंग च जाईदा है सतगुरु गुरु तेग बहादुर साहिब पिता का सीस साडी सुरती दे सामने आ के खलो जांदा है असी तो केवल पिछे तलवार ही चलाते हैं। सतगुरु की ताकत उन्होंने कहन तो मुराद साढ़े सामने होंगी है जो ना हो बंदा तो डोले गए भी चार चपेरे दुश्मन पहले ही वह आत्म समर्पण करेगा इन्होंने कदे सिखिया ही नहीं। कहिंदे जाम गुरु कोई वाल अगला बचन होर ये बंदगी नाल संबंधित जे शब्द साखी सो सच्चा कार बंदगी का जरा सिरे तो सिरा है ना वो ये हुंदा जे जद कोई सिख वीर पैण अपना आप पूरा ही सतगुरु जी के चरणों में भेट कर देता है। बंदगी कर करके किसी तो घटना वापरदी ते कईयां ते सतगुरु तरस करते ने वो थोड़े दिनों च ही जां पहले दिन ही अंदर सारा सतगुरु के हवाले कर देंदे। जिन्हें पहले दिन किया उहदे च भी उही कला जिन्हें 100 साल बंदगी की ते उस तो बाद घटना वापरी उ कुछ बेनती कर रहा सा। महाराज कहिंदे जाम गुरु कोई वल शब्द साखी सो सच्चा कार इहदा अर्थ है शब्द परमात्मा जिहदे वल सतगुरु कौण उहदे अंदर साख्यात प्रगट हो जाता है। देखो दुनिया ते लभदी है ना परमात्मा कास्ट विच होएगा जां तू कहिंदा कुर किथे होएगा। सतगुरु कहिंदे तुसी साडा बचन मन्नो असी तुहाडे नाल कदों होवांगे ते परमात्मा तुहाडे अंदर प्रगट होएगा लुकेगा नहीं। लुकिया ते सारियां विच है पर प्रगट केवल ते केवल जिहदे नाल सतगुरु कौण उहनां च हुंदा ते प्रगट हुंदा प्यारे नाम जप जप के प्रगट हुंदा सेवा कर करके प्रगट हुंदा सतगुरु दी संगत विच श्रद्धा ते प्यार भावना बना बना के होर कोई तरीका नहीं। जे हुण आपां बैठे हां ते सतगुरु नूं वल करना वल दा की मतलब है छोड़ा इहनूं समझणा। जदों बैठते हाँ हुण आप जी बैठे हो मैं कल भी बेनती की सी ना कई बार बहुत असी प्रतख करामातां वेखदे आ बंदे वीर पैण बहुत प्यार नाल गुरु घर आउंदे ने जिथे बैठ के संगत विच रब के नेड़े होने का अभ्यास करना सी
ਉਸ ਨੂੰ ਮੰਨਣ ਨੂੰ ਅੰਦਰ ਤਿਆਰ ਨਹੀਂ ਹੁੰਦਾ, ਟਲ ਜਾਂਦੇ ਨੇ ਸੰਗਤ 'ਚ ਬੈਠਣ ਨੂੰ। ਸੰਗਤ 'ਚ ਬੈਠਣ ਤੋਂ ਬਿਨਾਂ ਪਿਆਰਿਓ ਇਹ ਘਟਨਾ ਘਟਣੀ ਨਹੀਂ। ਜਿਹੜੇ ਉਹਨਾਂ ਨੂੰ ਆਪਾਂ ਬੈਠੇ ਹਾਂ, ਧਿਆਨ ਤੁਸੀਂ ਜੋੜਦੇ ਹੋ, ਸਾਰੀ ਸੇਵਾ ਭਾਵਨਾ ਵਾਲੇ ਹੋ ਪਿਆਰਿਓ, ਜਿਉਂ ਜਿਉਂ ਧਿਆਨ ਅੰਦਰ ਆਏਗਾ ਪਰਮਾਤਮਾ ਦੇ ਨੇੜੇ, ਧਿਆਨ ਲਾਵਾਂਗੇ ਤੇ ਧਿਆਨ ਪਰਮਾਤਮਾ ਵੱਲ ਲਾਏਗਾ। ਜੇ ਬੈਠੇ ਹੀ ਨਹੀਂ ਤੇ ਇਕੱਲੇ ਬੈਠਣਾ ਹੋਰ ਗੱਲ, ਸੰਗਤ ਵਿੱਚ ਸਤਿਗੁਰੂ ਦੇ ਚਰਨਾਂ 'ਚ ਬੈਠਣਾ ਹੋਰ ਬਾਤ। ਪਹਿਲਾ ਸ਼ਬਦ ਸੁਰਤੀ ਨੇੜੇ ਆਉਂਦੀ, ਪਰਮਾਤਮਾ ਨੇੜੇ, ਹੌਲੀ ਹੌਲੀ ਉਹ ਆਪਣੀਆਂ ਦਾਤਾਂ ਵਿਖਾਉਣੀਆਂ ਸ਼ੁਰੂ ਕਰ ਦਿੰਦਾ ਹੈ। ਕਿਸੇ ਨੂੰ ਬੈਰਾਗ ਲੱਗ ਜਾਂਦਾ, ਕਿਸੇ ਦਾ ਅੱਖ ਖੋਲ੍ਹਣ ਨੂੰ ਜੀ ਨਹੀਂ ਚਾਹੁੰਦਾ, ਕਿਸੇ ਦਾ ਬੋਲਣ ਨੂੰ ਜੀ ਨਹੀਂ ਚਾਹੇਗਾ, ਉਹਦੀਆਂ ਨਿਸ਼ਾਨੀਆਂ ਨੇ, ਉਹ ਆਖੇਗਾ ਚੁੱਪ ਜਿਹਾ ਰਵਾਂ ਅਤੇ ਅੰਦਰ ਰਵਾਂ। ਕਿਸੇ ਦਾ ਪਿਆਰੇ ਉਹ ਕੰਮ ਕਾਰ ਕਰੇਗਾ ਪਰ ਉਹਦਾ ਖਿਲਾਰੇ ਪਾਉਣ ਨੂੰ ਜੀ ਕਰਦਾ, ਆਖੇਗਾ ਬਸ ਉਹਨਾਂ ਜਿੰਨੀ ਕੁ ਜ਼ਰੂਰਤ ਹੈ। ਮਹਾਰਾਜ ਉਹਨੇ 'ਚ ਹੀ ਬਰਕਤਾਂ ਪਾਈ ਜਾਂਦੇ ਕਰ, ਇੱਕ ਜ਼ਰੂਰ ਚੇਤਾ ਰੱਖਿਆ ਕਰੀਏ, ਭੁੱਲਿਆ ਨਾ ਕਰੀਏ। ਇੱਥੇ ਵੀ ਮਹਾਰਾਜ ਕਹਿੰਦੇ ਵੀ ਸ਼ਬਦ ਸਾਖੀ, ਸਾਖੀ ਨਾਲ ਸਾਖਿਆਤ ਪ੍ਰਗਟ ਹੋਣਾ। 16 ਸਾਹਿਬ 'ਚ ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਨਾਲ ਪ੍ਰਗਟ ਹੁੰਦੀ। ਪਰ ਪਿਆਰਿਓ ਆਪਾਂ ਵੇਖ ਸਕਦੇ ਹਾਂ ਜ਼ਿੰਦਗੀ ਭਰ ਇੱਧਰ ਮਨ ਤਿਆਰ ਹੀ ਨਹੀਂ ਹੁੰਦਾ ਵੀ ਮੇਰੇ ਅੰਦਰ ਪ੍ਰਗਟ ਹੋ ਸਕਦਾ ਅਤੇ ਮੈਂ ਕਰਨਾ ਹੀ। ਬੰਦਾ ਸੁਣ ਕੇ ਮੈਂ ਕੱਲ ਕਿਹਾ ਸੀ, ਫਿਰ ਉੱਥੇ ਡਿੱਗ ਪਈਦਾ, ਖਾਂ ਜੀ ਹੋ ਸਕਦਾ ਹੋਏਗਾ ਬਾ ਠੀਕ ਹੈ, ਇਹਦਾ ਮਤਲਬ ਮੇਰਾ ਕੋਈ ਸੰਬੰਧ ਨਹੀਂ। ਜੇ ਸਤਿਗੁਰੂ ਕਹਿ ਰਹੇ ਨੇ ਆਪਾਂ ਨੂੰ ਅਤੇ ਆਪਾਂ ਨੂੰ ਪ੍ਰਗਟ ਕਰਨ ਲਈ ਅੰਦਰ ਜਾਈਏ, ਸਭ ਤੋਂ ਔਖਾ ਕੰਮ ਹੈ ਨਾ ਦੁਨੀਆਂ 'ਚ, ਸਭ ਤੋਂ ਔਖਾ ਇਹ ਆਪਣਾ ਧਿਆਨ ਆਪਣੇ ਅੰਦਰ ਲੈ ਕੇ ਆਉਣਾ। ਹੋਰ ਇਹਦੇ ਤੋਂ ਬਾਕੀ ਕੰਮ ਸਾਰੇ ਸੌਖੇ ਹੀ ਨੇ, ਹੋਰ ਕੁਛ ਵੀ ਕਰ ਲਾਂਗੇ। ਅੰਦਰ ਆਉਣਾ ਪਿਆਰਿਓ, ਅੰਦਰ ਮਨ ਆਉਣ ਨਹੀਂ ਦਿੰਦਾ। ਤਾਂ ਹੀ ਮਹਾਰਾਜ ਕਹਿੰਦੇ ਮਨ ਜਿੱਤਣਾ ਅਤੇ ਜਗ ਜਿੱਤਣਾ ਇੱਕੋ ਜਿੰਨਾ ਹੀ ਜ਼ੋਰ ਲੱਗਦਾ ਜੇ। ਅਤੇ ਭੱਟ ਜੀ ਕਹਿੰਦੇ ਜਾਂ ਗੁਰੂ ਖੋਏ ਵਰ ਸ਼ਬਦ ਸਾਖੀ ਸੋ ਸੱਚੇ ਕਰ, ਜੋ ਗੁਰੂ ਗੁਰੂ ਐ ਨਿਸ ਜਪੈ। ਕਹਿੰਦੇ ਕਲਾ ਕਿਹਨਾਂ 'ਤੇ ਵਰਤਦੀ ਜਿਹੜੇ ਗੁਰੂ ਗੁਰੂ ਨੂੰ ਦਿਨ ਰਾਤ ਜਪਦੇ। ਦਾਸ ਭੱਟ ਬੇਨਤ ਕਹੇ, ਭੱਟ ਜੀ ਕਹਿੰਦੇ ਮੈਂ ਬੇਨਤੀ ਕਰਦਾ, ਆਖਦਾ ਦੁਨੀਆਂ ਵਾਲਿਓ, ਜੋ ਗੁਰੂ ਨਾਮ ਰਿਧ ਮੈਂ ਤਰੇ ਸੇ ਜਨਮ ਮਰਨ ਦੋ ਚੇ ਰੱਖੇ। ਜਿਹੜਾ ਸਤਿਗੁਰੂ ਦਾ ਨਾਮ ਹਿਰਦੇ 'ਚ ਰੱਖੇ, ਮੇਰਾ ਸਤਿਗੁਰੂ ਦੋਵਾਂ ਚਾਵਾਂ 'ਤੇ ਉਹਦੀ ਰਖਵਾਲੀ ਕਰਦਾ ਹੈ। ਦੋ ਜਖਾਨਾਂ ਦੇ ਅੰਦਰ ਸਾਧ ਸੰਗਤ, ਦੋ ਜਖਾਨਾਂ ਵਿੱਚ ਰਖਵਾਲਾ। ਇੱਕ ਦਿਨ ਬੈਠੇ ਸੀ ਭਾਈ ਅਨੰਦ ਲਾਲ ਸਾਹਿਬ, ਉਹਨਾਂ ਦੇ ਉਹ ਵੇਖਦੇ ਸਤਿਗੁਰੂ ਦੀ ਜਿਹੜੀ ਕਲਾ ਵਰਤਰੀ, ਗੁਰੂ ਕਲਗੀਆਂ ਵਾਲੇ ਦੇ ਕਵੀ ਆਉਂਦੇ ਰਹਿੰਦੇ ਸਨ, ਅਤੇ ਕਵੀਆਂ ਨੇ ਨਾ ਇੱਕ ਹੁਮਾ ਪੰਛੀ ਦੇ ਬਾਰੇ ਬਹੁਤ ਕੁਛ ਕਹਿਣਾ। ਜਿਵੇਂ ਅੱਜ ਕੱਲ੍ਹ ਆਪਾਂ ਗੁਰਬਾਣੀ 'ਚ ਵੀ ਭਾਈ ਗੁਰਦਾਸ ਵੀ ਆਮ ਵੀ ਪਾਰਸ ਦੀ ਉਦਾਹਰਣ ਬਹੁਤ ਤੇ, ਪਰ ਪਾਰਸ ਵੇਖਿਆ ਤੀ ਨਹੀਂ ਨਾ ਆਪਾਂ ਨੇ, ਇਸੇ ਤਰ੍ਹਾਂ ਹੁਮਾ ਪੰਛੀ ਸੀ। ਅਤੇ ਹੁਮਾ ਪੰਛੀ ਕਹਿੰਦੇ ਆਕਾਸ਼ ਵਿੱਚ ਰਹਿੰਦਾ ਏ, ਅਤੇ ਗੁਰੂ ਕਲਗੀਆਂ ਵਾਲੇ ਦੇ ਪਿਆਰੇ ਭਾਈ ਨੰਦ ਲਾਲ ਸਾਹਿਬ ਜੀ ਬਚਨ ਕਰਦੇ, ਸਜਣੋ ਅਸਾਂ ਸੁਣਿਆ ਹੁਮਾ ਪੰਛੀ ਆਕਾਸ਼ ਵਿੱਚ ਰਹਿੰਦਾ ਹੈ, ਉਹਦੇ ਬਾਰੇ ਕਹਾਣੀ ਏ, ਜਿਹਦੇ ਸਿਰ ਤੋਂ ਲੰਘ ਜਾਵੇ ਨਾ ਉੱਥੇ ਉਸ ਨੂੰ ਇਸ ਦੁਨੀਆਂ ਦਾ ਰਾਜ ਮਿਲਦਾ ਹੈ, ਭਾਵੇਂ ਕਿਸੇ ਖੇਤਰ ਦਾ ਮਿਲੇ ਉਹਨੂੰ ਰਾਜ ਮਿਲਦਾ ਹੈ। ਅਤੇ ਉਹ ਕਿਸੇ ਦੇ ਸਿਰ ਤੋਂ ਨੀਵਾਂ ਹੋ ਕੇ ਕਦੇ ਕਦੋਂ ਲੰਘਦਾ ਪਤਾ ਨਹੀਂ। ਅਤੇ ਭਾਈ ਸਾਹਿਬ ਕਹਿੰਦੇ ਉਹ ਦੁਨੀਆਂ ਵਾਲਿਓ, ਉਮਾ ਪੰਛੀ ਆਕਾਸ਼ ਵਿੱਚ ਰਹਿੰਦਾ, ਕਿਸੇ ਤੱਕਿਆ ਨਹੀਂ, ਕੋਈ ਤੱਕਿਆ ਹੋਏਗਾ ਕਿਸੇ ਦੇ ਸਿਰ ਤੋਂ ਲੰਘ ਵੀ ਜਾਵੇ ਉਹਨੂੰ ਇੱਕ ਰਾਜ ਮਿਲਦਾ ਜਿਹਦਾ ਖਤਰਾ ਏ, ਕਿਸੇ ਵਕਤ ਕੋਈ ਵੱਡੀ ਤਾਕਤ ਖੋ ਲੈ ਗਏ, ਪਰ ਜਿਹਦੇ ਤੋਂ ਗੁਰੂ ਕਲਗੀਆਂ ਵਾਲੇ ਪਿਤਾ ਮਹਾਰਾਜ ਇਹਨਾਂ ਦੇ ਨੇਤਰਾਂ ਵਿੱਚੋਂ ਨਿਕਲੀ ਕੋ ਰਹਿਮਤ ਦਾ ਹੁਮਾ ਪੰਛੀ ਲੰਘ ਜਾਵੇ, ਉਹਨੂੰ ਦੋ ਜਖਾਨਾਂ ਦੀ ਪਾਤਸ਼ਾਹੀ ਸਤਿਗੁਰੂ ਉਸੇ ਵਕਤ ਦਿੰਦੇ ਨੇ। ਪਾਤਸ਼ਾਹੀ ਦੋ ਆਲਮ ਯੱਕ ਨਿਗਾਹ ਕੇ ਰੂਏ ਤੋ, ਕਹਿੰਦੇ ਉਹਦੇ ਇੱਕ ਨਿਗਾਹ ਦੇ ਨਾਲ ਦੋ ਜਖਾਨਾਂ ਦੀ ਪਾਤਸ਼ਾਹੀ। ਪਿਆਰੇ ਉਹ ਦੁਨੀਆਂ 'ਤੇ ਕਲਪ ਰਹੀ ਏ ਵੱਡੇ ਸੁੱਖ ਰਾਜ ਭਾਗ ਨੂੰ, ਵੱਡੀਆਂ ਤਾਕਤਾਂ ਨੂੰ, ਪਰ ਉਹਨਾਂ ਨੂੰ ਕੋਈ ਦੱਸਣ ਵਾਲਾ ਨੇ, ਸਿੱਖ ਨੂੰ ਸਤਿਗੁਰੂ ਦੱਸ ਦੇ
ਜਿਨ੍ਹਾਂ ਮੰਨ ਲਈ ਉਹਨਾਂ ਦਾ ਇਤਿਹਾਸ ਬਣ ਗਿਆ, ਜਿਨ੍ਹਾਂ ਨਹੀਂ ਮੰਨੀ ਪਿਆਰਿਓ ਉਹ ਦੁਨੀਆ ਦੀ ਤਰ੍ਹਾਂ ਹੀ ਆਪਣਾ ਜ਼ਿੰਦਗੀ ਐਵੇਂ ਦਮ ਜਿਹਾ ਪੂਰਾ ਸਮਾਂ ਕਰਕੇ ਉਹ ਕੱਟ ਰਹੇ ਨੇ। ਸਤਿਗੁਰੂ ਜੀ ਆਖਦੇ ਨੇ ਉਸ ਤਾਕਤ ਤੋਂ ਵਾਕਫ ਹੋਈ ਏ। ਭੱਟ ਜੀ ਕਹਿੰਦੇ ਤੁਸੀਂ ਗੁਰੂ ਦਾ ਨਾਮ ਖਿਰਦੇ 'ਚ ਰੱਖੋ, ਦੋ ਜਖਾਨਾਂ ਦੇ ਅੰਦਰ ਤੁਹਾਡੀ ਪਾਤਸ਼ਾਹੀ ਅਤੇ ਮੇਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਆਪਣੇ ਸਿੱਖਾਂ 'ਚ ਇਹ ਕਲਾ ਵਰਤਾਈ, ਤੁਸੀਂ ਹੈਰਾਨ ਹੋਵੋਗੇ। ਜਿਵੇਂ 12 ਸਤੰਬਰ 1897 ਨੂੰ ਸਿੱਖ ਭੱਜ ਕੇ ਜਾ ਸਕਦੇ ਨੇ, ਭੱਜਦੇ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਨੇ ਘਟਨਾ ਬੜੀ ਮਸ਼ਹੂਰ ਹੈ, ਉਹ ਬਹੁਤ ਮਸ਼ਹੂਰ ਹੈ। ਉਹ ਜਦੋਂ ਪਕੜੇ ਗਏ ਨਾ, ਕੋਈ 800 ਦੇ ਲਗਭਗ ਸਿੰਘ ਦਿੱਲੀ ਜਾ ਕੇ ਉਹਨਾਂ ਨੂੰ ਹੱਥ ਪੈਰ ਬੰਨੇ ਹੋਏ ਨੇ, ਉਹਨਾਂ ਦੇ ਬੁਰੇ ਖਾਲ ਕੀਤੇ ਨੇ ਇਹਨਾਂ ਦੁਸ਼ਮਣਾਂ ਨੇ। ਅਤੇ ਜਦੋਂ ਦਿੱਲੀ ਜਾ ਕੇ ਹਰ ਰੋਜ਼ 100 ਸਿੰਘ ਦਾ ਕਤਲ ਇੱਕ ਦਿਹਾੜੀ 'ਚ ਕਰਨਾ ਹੁੰਦਾ ਚਲਾਕ ਨੇ, ਉਹਨੂੰ ਦੋ ਹੀ ਚੀਜ਼ਾਂ ਦੁਨੀਆਂ ਜਦੋਂ ਡੁਲਾਉਂਦੀ ਹੈ ਨਾ ਸਾਨੂੰ, ਭਾਵੇਂ ਆਮ ਘਰਾਂ 'ਚ ਵੀ ਹੋਈਏ ਚਾਹੇ ਦੁਸ਼ਮਣ ਕੋਲ ਹੋਈਏ, ਦੋ ਹੀ ਤਾਕਤਾਂ ਤੋਂ ਸਾਨੂੰ ਡਰ ਆਉਂਦਾ ਹੈ। ਇੱਕ ਦੁਨੀਆ ਦੀ ਦੌਲਤ ਨਾ ਖੁੱਸ਼ ਜਾਵੇ ਅਤੇ ਇੱਕ ਜ਼ਿੰਦਗੀ ਨਾ ਖੁੱਸ਼ ਜਾਵੇ। ਦੁਸ਼ਮਣ ਮੌਤ ਦਾ ਡਰਾਵਾ ਦੇਖ ਕੇ ਡਰਾਉਂਦਾ ਹੈ ਜਾਂ ਦੁਨੀਆ ਦਾ ਲਾਲਚ ਦੇਖ ਕੇ ਡੁਲਾਉਂਦਾ ਹੈ, ਦੋ ਹੀ ਨੇ ਪਿਆਰਿਓ, ਡੁਲਾਉਣ ਦੇ ਲਈ ਮਾਇਆ ਅਤੇ ਜਾਂ ਮੌਤ ਦੀ ਕਹਾਣੀ। ਪਿਆਰਿਓ ਸਤਿਗੁਰੂ ਜੀ ਕਿਰਪਾ ਕਰਦੇ ਜਿਹੜੇ ਸਿੱਖ ਦੇ ਅੰਦਰ ਕੋਣ ਨਾ ਨੌ ਦੇ ਨੇੜੇ ਲਾਲਚ ਅਤੇ ਨਾ ਉਹਨਾਂ ਦੇ ਅੰਦਰ ਡਰ ਮੌਤ ਦਾ, ਉਹਨਾਂ 'ਚੋਂ ਇੱਕ ਕੇਵਲ ਮਾਂ ਮਮਤਾ ਦੀ ਮਾਰੀ ਪਹੁੰਚ ਗਏ, ਕਹਿਣ ਲੱਗੀ ਮੇਰਾ ਪੁੱਤਰ ਸਿੱਖ ਨਹੀਂ, ਗਲਤੀ ਨਾਲ ਪਕੜ ਲਿਆ ਹੋ, ਅਜੇ ਉਹ 'ਤੇ ਵਿਆਹ ਕੇ ਘਰ ਲਿਆਈਆਂ, ਪਾਣੀ ਵਾਰ ਕੇ ਅਜੇ ਪੀ ਰਹੀ ਹਾਂ ਅਤੇ ਪੁੱਤਰ ਨੂੰ ਸਿੱਖ ਜਾਣ ਕੇ ਪਕੜ ਲੈ ਛੱਡ ਦਿਓ। ਦੁਸ਼ਮਣ ਮੰਨ ਰਿਹਾ ਇਸ ਤਾਕਤ ਨੂੰ, ਕਹਿਣ ਲੱਗਾ ਸ਼ੁਕਰ ਏ, ਇੱਕ ਤਾਂ ਕਿਸੇ ਮਾਂ ਨੇ ਕਿਹਾ ਮੇਰਾ ਗੁਰੂ ਨਾਲ ਸੰਬੰਧ ਨਹੀਂ ਮੇਰੇ ਪੁੱਤਰ ਦਾ, ਬਾਹਰੋਂ ਸਿੱਖ ਕਹਿ ਅੰਦਰੋਂ ਨਹੀਂ ਸਿੱਖੇ। ਕਹਿਣ ਲੱਗੇ ਜਾ ਮਾਈ ਛੱਡ ਦਿਆਂਗੇ, ਉਸ ਪੁੱਤਰ ਦੀ ਜ਼ੁਬਾਨ ਤੋਂ ਇਹ ਗੱਲ ਅਖਵਾ ਦੇ। ਜਦੋਂ ਇੱਕ ਬੰਦਾ ਕਹਿੰਦਾ ਹੈ ਨਾ, ਉਹਦੀ ਬਦੌਲਤ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਡੋਲ ਜਾਂਦੀਆਂ ਨੇ। ਜੇ ਇੱਕ ਅਡੋਲ ਰਵੇ ਉਹਨੂੰ ਵੇਖ ਕੇ ਲੱਖਾਂ ਅਡੋਲ ਵੀ ਖੋ ਜਾਂਦੇ ਨੇ। ਸਾਧ ਸੰਗਤ ਇੱਕ ਦੀ ਬਦੌਲਤ ਬਹੁਤ ਕੁਛ ਖੋ ਜਾਂਦਾ ਹੈ। ਲਿਆਂਦਾ ਗਿਆ ਹੈ ਉਹੀ ਨੌਜਵਾਨ ਬੱਚਾ, ਕਹਿਣ ਲੱਗੇ ਜੋ ਕੁਝ ਤੇਰੀ ਮਾਂ ਕਹਿ ਰਹੀ ਏ ਸਾਨੂੰ ਹਮਦਰਦੀ ਏ, ਮਾਂ ਦੀ ਮਮਤਾ ਤੇਰੀ ਜਵਾਨੀ ਵੇਖ ਕੇ ਤਰਸ ਆ ਗਿਆ, ਤੂੰ ਇੰਜ ਕਰ ਇੱਕ ਵਾਰੀ ਜ਼ੁਬਾਨ ਤੋਂ ਸਾਡੇ ਸਾਹਮਣੇ ਕਹਿ ਦੇ ਤੇਰਾ ਗੁਰੂ ਕਿਆ ਸਿੱਖਾਂ ਨਾਲ ਕੋਈ ਸੰਬੰਧ ਨਹੀਂ। ਵੇਖਣ ਨੂੰ ਦੁਨੀਆ ਲਈ ਤੂੰ ਬਹੁਤ ਛੋਟੀ ਜਿਹੀ ਗੱਲ, ਬਹੁਤ ਛੋਟੀ ਜਿਹੀ। ਇੱਕ ਵਾਰ ਜਦੋਂ ਨਾ ਹਿੰਦੁਸਤਾਨ ਪਾਕਿਸਤਾਨ ਬਣਿਆ ਅਤੇ ਕਸ਼ਮੀਰ ਵਿੱਚ ਉੱਧਰ ਜਦੋਂ ਦੁਬਾਰਾ ਵਸੀਬਾ ਹੋ ਰਿਹਾ ਸੀ, ਇੱਕ ਹਿੰਦੂ ਜੋ ਉੱਥੋਂ ਦਾ ਆਗੂ ਸੀ ਹਾਕਮ ਬਣਾਇਆ ਗਿਆ, ਪੰਜਾਬੀ ਯੂਨੀਵਰਸਿਟੀ ਨੇ ਇਸ ਘਟਨਾ ਨੂੰ ਲਿਖਿਆ। ਉਹ ਕਹਿੰਦੇ ਕਿਸੇ ਨੇ ਰਿਪੋਰਟ ਦਿੱਤੀ ਅਕਾਲੀ ਕੌਰ ਸਿੰਘ ਵਰਗਿਆਂ ਨੂੰ ਕੁਝ ਸਿੱਖਾਂ ਨਾਲ ਵਿਤਕਰਾ ਕਰ ਰਿਹਾ ਹੈ, ਦੁਬਾਰਾ ਆਬਾਦ ਹੋਣਾ ਸੀ ਨਾ, ਜ਼ਮੀਨਾਂ ਜਾਇਦਾਦ ਘਰ ਬਾਰ ਦੇ ਨੇ ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਆਏ, ਉਹਨਾਂ ਨੇ ਪਹੁੰਚ ਕੀਤੀ ਸਿੱਖਾਂ ਦੇ ਵਫਦ ਨੇ। ਉਸ ਹਾਕਮ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਤੁਸੀਂ ਭੁਲੇਖੇ ਵਿੱਚ ਹੋ, ਮੇਰੀ ਹਮਦਰਦੀ ਕਈ ਪੂਰੀ ਸਿੱਖਾਂ ਦੇ ਨਾਲ, ਕਹਿੰਦੇ ਮੈਂ ਕੁਝ ਆਪਣੇ ਅੱਖੀਂ ਵੇਖ ਲਿਆ, ਮੈਂ ਟੋਟਲ ਦਾ ਟੋਟਲ ਮੇਰਾ ਸਿਰ ਇਹਨਾਂ ਦੇ ਚਰਨਾਂ ਵਿੱਚ। ਕਹਿੰਦੇ ਜਦੋਂ ਮੁਸੀਬਤ ਆਈ ਉਦੋਂ ਹਿੰਦੂਆਂ ਨੇ ਇੱਕਦਮ ਹਿੰਦੂ ਵੀਰਾਂ ਨੇ ਆਪਣੇ ਆਪ ਨੂੰ ਮੁਸਲਮਾਨ ਬਣਾ ਲਿਆ, ਉਹਨਾਂ ਦੀ ਸ਼ਰ੍ਹਾ ਨਮਾਜ਼ ਪੜ੍ਹ ਕੇ ਦਿਖਾ ਦਿੱਤੇ। ਜਦੋਂ ਖਤਰਾ ਟਲਿਆ ਫਿਰ ਪੱਕੇ ਹਿੰਦੂ, ਕਹਿੰਦੇ ਮੇਰੇ ਸਾਹਮਣੇ ਇੱਕ ਵੀ ਸਿੱਖ ਦਾ ਸਿਦਕ ਨਹੀਂ ਡੋਲਿਆ, ਮੁਸੀਬਤ ਵੇਖ ਕੇ ਕਿਹਾ ਮੈਂ ਕੌਣ, ਥੋੜ੍ਹਾ ਚਿਰ ਮੁਸਲਮਾਨ ਬਣ ਕੇ ਆਪਣੀ ਜਿੰਦ ਬਚਾ ਲਾਂ। ਪਿਆਰਿਓ ਇਹਦੇ ਕੋਲ ਮੌਕੇ ਕੌਣ, ਇਹ ਉਹ ਦੁਨੀਆ ਨਾਲ ਨਹੀਂ ਸਹਿਮਤ ਹੁੰਦਾ ਗੁਰੂ ਕਾ ਪਿਆਰਾ, ਇਹ ਆਪਣੇ ਗੁਰੂ ਦੀ ਆਵਾਜ਼ ਸੁਣਦਾ ਹੈ। ਉਹ ਨੌਜਵਾਨ ਬੱਚਾ ਦਿੱਲੀ 'ਚ ਬੈਠਾ, ਕਹਿਣ ਲੱਗੇ ਤੂੰ ਕਹਿ ਦੇ, ਉਹ ਇੱਕਦਮ ਵੇਖ ਕੇ ਕਹਿਣ ਲੱਗਾ ਕਿ ਕਿਹਾ ਮੇਰੇ ਕੰਨ ਕੀ ਸੁਣ ਰਹੇ ਕੰਨ, ਗੁਰੂ ਨਾਲ ਸੰਬੰਧ ਨਹੀਂ, ਮੇਰੇ ਅੰਦਰ ਗੁਰੂ, ਮੇਰੇ ਨੇਤਰਾਂ 'ਚ ਗੁਰੂ, ਮੇਰੇ ਕੰਨਾਂ 'ਚ ਗੁਰੂ ਦੀ ਆਵਾਜ਼, ਮੇਰੇ ਰੋਮ ਰੋਮ 'ਚ ਗੁਰੂ ਦੀ ਆਵਾਜ਼, ਇਹ ਕੀ ਕਹਿ ਰਹੇ ਹੋ ਤੁਸੀਂ, ਭੁੱਲ ਜਾਓ। ਕਹਿਣ ਲੱਗੇ ਐਖੋ ਜੀ ਮਾਂ ਨੂੰ ਮੈਂ ਮਾਂ ਨਹੀਂ ਮੰਨਦਾ, ਜਿਹੜੀ ਮਾਂ ਮੈਨੂੰ ਸਤਿਗੁਰੂ ਦੇ ਚਰਨਾਂ ਤੋਂ ਵਿਛੋੜੇ,
ਖੁਰੇ ਜੁੱਗਾਂ ਤੋਂ ਬਾਅਦ ਇਹ ਵਾਰੀ ਆਈ ਮਰਨਾ ਤੇ ਉਂਝ ਵੀ ਏ ਪਰ ਉਹਦੇ ਪਿਆਰ 'ਚ ਮਰਨ ਨਾਲ ਸਦਾ ਲਈ ਮੈਂ ਅਮਰ ਖੂਨ ਆਏ ਦਰਗਾਹ 'ਚ ਜਾਣਾ ਐਨ ਸਿਰੇ 'ਤੇ ਆ ਕੇ ਮੁੜਨਾ ਕਹਿਣ ਲੱਗੇ ਜਲਾਲ ਤੂੰ ਸਾਡੀ ਭਾਸ਼ਾ ਨਹੀਂ ਸਮਝਣੀ ਤੈਨੂੰ ਇਹ ਅੰਦਰ ਦੀ ਕਹਾਣੀ ਦੀ ਸੋਝੀ ਕੋਈ ਨਹੀਂ ਪਰ ਇੱਕੋ ਗੱਲ ਤੈਨੂੰ ਮੈਂ ਕਹਿਣਾ ਚਾਹੁੰਦਾ ਵਾ ਤੂੰ ਵਾਰ ਕਰ ਵੀਰਾਂ ਦੀ ਵਾਰੀ ਪਹਿਲਾਂ ਸੀ ਕਤਲ ਹੋਣ ਦੀ ਪਹਿਲਾਂ ਮੈਨੂੰ ਕਰ ਇੱਕ ਗੱਲ ਚੇਤਾ ਰੱਖੇ ਜਲਾਲ ਹਾਕਮ ਤੁਹਾਡੇ ਕੋਲ ਸ਼ਸਤਰ ਨੇ ਸਾਡੀਆਂ ਅੱਖਾਂ ਕੱਢ ਸਕਦੇ ਹੋ ਸਿੱਖਾਂ ਦੀਆਂ ਗੁਰੂ ਕੇ ਪਿਆਰਿਆਂ ਦੀਆਂ ਹੱਡੀਆਂ ਨੂੰ ਕੱਢ ਸਕਦੇ ਹੋ ਅੰਦਰੋਂ ਆਂਦਰਾ ਕੱਢ ਸਕਦੇ ਹੋ ਪੈਰੋਂ ਪਰ ਇੱਕ ਚੇਤਾ ਰੱਖਣਾ ਜਿਹੜਾ ਸਤਿਗੁਰੂ ਨੇ ਆਪਣਾ ਪਿਆਰ ਸਿੱਖ ਦੇ ਅੰਦਰ ਪਾ ਦਿੱਤਾ ਹੈ ਉਹਨੂੰ ਦੁਨੀਆ ਦੀ ਕੋਈ ਤਾਕਤ ਬਾਹਰ ਨਹੀਂ ਕੱਢ ਸਕਦੀ ਉਹ ਕੋਈ ਸ਼ਸਤਰ ਬਣਦਾ ਹੀ ਨਹੀਂ ਨਾ ਉਹ ਬਣੇਗਾ ਕਿਉਂਕਿ ਇਹ ਅੰਦਰ ਕਲਾ ਵਰਤਦੀ ਸਤਿਗੁਰੂ ਦੇ ਅੰਦਰ ਬਾਹਰੋਂ ਦੁਨੀਆ ਵਰਗੇ ਅੰਦਰੋਂ ਸਤਿਗੁਰੂ ਨੇ ਸਿੱਖ ਰੱਬ ਵਰਗੇ ਬਣਾਏ ਨੇ ਰੱਬ ਵਰਗੇ ਕਿਉਂ ਤੁਸੀਂ ਕਹੋਗੇ ਕੋਈ ਤਾਂ ਕੌਮ ਕੋਈ ਆਦਮੀ ਦੁਨੀਆ 'ਚ ਵੇਖ ਲਓ ਜਿਹੜਾ ਪੱਖਪਾਤ ਵਿੱਚ ਨਾ ਜਿਉਂਦਾ ਹੋਵੇ ਇੱਕੋ ਇੱਕ ਇਹ ਗੁਰੂ ਕਾ ਖਾਲਸਾ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਦਾ ਜਿਹਦਾ ਇੱਕ ਇੱਕ ਬਚਨ ਪੂਰੀ ਮਨੁੱਖਤਾ ਦੇ ਭਲੇ ਲਈ ਜ਼ੁਬਾਨ ਤੋਂ ਵੀ ਬਚਨ ਜੇ ਸ਼ਸਤਰ ਪਕੜਦਾ ਤੇ ਪੂਰੀ ਮਨੁੱਖਤਾ ਲਈ ਪਕੜ ਕੇ ਉੱਠ ਖਲੋਤਾ ਹੈ ਇਹਦੇ ਅੰਦਰ ਕਿਸੇ ਨੂੰ ਖਤਮ ਕਰਨ ਦੀ ਭਾਵਨਾ ਨਹੀਂ ਤੁਹਾਨੂੰ ਯਾਦ ਹੋਏਗਾ ਪਿਛਲੇ ਦੀਵਾਨਾਂ 'ਚ ਪਿਛਲੇ ਸਾਲ ਇੱਕ ਬੇਨਤੀ ਕੀਤੀ ਸੀ ਜਦੋਂ ਵੀ ਕੋਈ ਧਰਮ ਤੁਰਦਾ ਹੈ ਨਾ ਉਸਦਾ ਇੱਕੋ ਅੰਦਰ ਨਿਸ਼ਾਨਾ ਹੁੰਦਾ ਦੂਸਰੇ ਨੂੰ ਖਤਮ ਕਰਕੇ ਆਪਣੇ ਧਰਮ ਦਾ ਪ੍ਰਚਾਰ ਕਰਾਂ ਈਸਾਈਆਂ ਦੀ ਦੌੜ ਮੁਸਲਮਾਨਾਂ ਦੀ ਦੌੜ ਹਿੰਦੂ ਵੀਰਾਂ ਦੀ ਦੌੜ ਸਭਨਾਂ ਦੀ ਕੋਈ ਦੂਸਰੇ ਦੀ ਧਰਮ ਵਿੱਚ ਇਹੋ ਜਿਹੀਆਂ ਗੱਲਾਂ ਫੈਲਾਓ ਨਫ਼ਰਤ ਤਾਂ ਕਿ ਲੋਕ ਸਾਡੇ ਵੱਲ ਆਉਣ ਹੁਣ ਵੀ ਈਸਾਈ ਲੋਕ ਬੜੇ ਬੜੇ ਕੋਈ ਨਾ ਕੋਈ ਬਣਾ ਕੇ ਇਹੋ ਜਿਹੀਆਂ ਸਟੋਰੀਆਂ ਪਾਉਂਦੇ ਰਹਿੰਦੇ ਹਨ ਤਾਂ ਕਿ ਧਿਆਨ ਗੁਰੂ ਸਾਹਿਬ ਵੱਲੋਂ ਹਟ ਜਾਏ ਪਰ ਪਿਆਰੇ ਲੋਕਾਂ ਨੂੰ ਫਿਕਰ ਹੁੰਦਾ ਏ ਵੱਧ ਤੋਂ ਵੱਧ ਲੋਕ ਸਾਡੇ ਧਰਮ ਵਿੱਚ ਕਿਵੇਂ ਸ਼ਾਮਿਲ ਹੋਣ ਪਰ ਸਿੱਖ ਨੂੰ ਫਿਕਰ ਹੁੰਦਾ ਵੱਧ ਤੋਂ ਵੱਧ ਲੋਕਾਂ ਦਾ ਭਲਾ ਕਿਵੇਂ ਹੋਵੇ ਇਹਨਾਂ ਨੂੰ ਬਿਲਕੁਲ ਹੀ ਨਹੀਂ ਲਾਲਚ ਇੱਥੇ ਇੱਥੋਂ ਤੱਕ ਕਹਿੰਦੇ ਨੇ ਜਾਓ ਮੰਦਰ ਜਾਣ ਵਾਲਿਆ ਤੂੰ ਮੰਦਰ ਜਾ ਪਰ ਅੰਦਰ ਗੁਣ ਪੈਦਾ ਕਰ ਲੋਕਾਂ ਦੀ ਕਾਤਲ ਨਾ ਬਣ ਦੇਖ ਮੁਸਲਮਾਨ ਵੀਰ ਨਮਾਜ਼ ਪੜ੍ਹ ਜਮ ਜਮ ਪੜ੍ਹ ਜੇਕਰ ਤੇਰੇ ਕੋਲ ਪੈਸੇ ਨਹੀਂ ਮਸੀਤ ਲਈ ਸਾਥੋਂ ਲੈ ਮਸਜਿਦ ਬਣਾ ਪਰ ਅੰਦਰ ਉਹ ਧਰਮ ਦੇ ਗੁਣ ਵੀ ਪਾ ਤੂੰ ਜ਼ਾਲਮ ਨਾ ਬਣ ਪਿਆਰਿਓ ਇੱਕ ਛੋਟੀ ਜਿਹੀ ਗੱਲ ਅੱਜ ਆ ਟਿਕਾਓ 'ਚ ਬੈਠੇ ਹਾਂ ਆਪ ਜੀ ਨੂੰ ਪਤਾ ਹੀ ਹੋਏਗਾ ਜਿਹੜੀ ਈਸਵੀ ਚੱਲਦੀ ਪਈ ਹੈ 2017 ਇਹਦੇ ਤੋਂ 5,000 ਸਾਲ ਪਹਿਲਾਂ 7,000 ਸਾਲ ਪਹਿਲਾਂ ਮਿਡਲ ਈਸਟ ਵਿੱਚ ਇੱਕ ਅਬਰਾਹਿਮ ਨਾਮ ਦਾ ਰਾਜਾ ਹੋਇਆ ਅਤੇ ਲੋਕ ਉਹਨੂੰ ਪੈਗੰਬਰ ਵੀ ਮੰਨਦੇ ਸਨ ਉਸ ਤੋਂ ਧਰਮ ਦੀ ਸ਼ੁਰੂਆਤ ਹੋਈ ਸੀ ਧਰਮ ਦੀ ਉਹਨੇ ਕੁਝ ਅਸੂਲ ਬਣਾਏ ਸਨ ਜਿੱਥੋਂ ਗੱਲ ਸ਼ੁਰੂ ਹੋਈ ਉਸ ਦਾ ਵਿਆਹ ਹੋਇਆ ਉਹਦੀ ਪਤਨੀ ਸੀ ਰਾਣੀ ਸ਼ਰਾ ਉਹਦੇ ਘਰ ਔਲਾਦ ਨਾ ਹੋਏ ਉਹਦੇ ਗੋਲੀ ਸੀ ਉਹਦੇ ਨਾਲ ਸ਼ਾਦੀ ਕੀਤੀ ਖਜਰਾ ਸਮਾਂ ਪਾ ਕੇ ਖਜਰਾ ਦੇ ਘਰ ਇੱਕ ਬੇਟਾ ਪੈਦਾ ਹੋਇਆ ਉਹਦਾ ਨਾਂ ਰੱਖਿਆ ਇਸਮਾਇਲ ਮੈਂ ਕਹਿਣ ਲੱਗਾ ਨਫ਼ਰਤ ਹੈ ਧਰਮਾਂ ਦੇ ਨਾਂ 'ਤੇ ਪਰ ਮਹਾਰਾਜ ਜੀ ਦੇ ਘਰ ਅੰਦਰ ਨਫ਼ਰਤ ਨੇ ਸਮੁੱਚੀ ਮਾਨਵਤਾ ਨੂੰ ਪਿਆਰ ਦਾ ਸੰਦੇਸ਼ ਕਿਵੇਂ ਕਹਿ ਜਿਹੜੀ ਸੀ ਖਜਰਾ ਉਹਦੇ ਘਰ ਬੇਟਾ ਹੋਇਆ ਇਸਮਾਇਲ ਨਾਮ ਰੱਖਿਆ ਪਰ ਕੁਝ ਸਮੇਂ ਤੋਂ ਬਾਅਦ ਰੱਬ ਨੇ ਕਲਾ ਵਰਤਾਈ ਉਹਦੀ ਜਿਹੜੀ ਰਾਣੀ ਸੀ ਸ਼ਰਾ ਉਹਦੇ ਘਰ ਇੱਕ ਬੱਚੇ ਨੇ ਜਨਮਿਆ ਉਹਦਾ ਨਾਮ ਰੱਖਿਆ ਇਸਹਾਕ ਉਹ ਇਸਹਾਕ ਕੇ ਸਰਾ ਦਾ ਰਾਣੀ ਦੇ ਜਾਇਓ ਗੋਲੀ ਦੇ ਕੁੱਖ ਤੋਂ ਜਿਹਦੇ ਨਾਲ ਸ਼ਾਦੀ ਕੀਤੀ ਸੀ ਬਕਾਇਦਾ ਇਸਮਾਇਲ ਪਰ ਕੀ ਹੋਇਆ ਸਰਾ ਰਾਣੀ ਸੀ ਉਹਨੂੰ ਤਰੀਕੇ ਆਉਂਦੇ ਸਨ ਉਸਨੇ ਈਰਖਾ ਕਰਕੇ ਉਹ ਖਜਰਾ ਅਤੇ ਉਸ ਦੇ ਪੁੱਤਰ ਨੂੰ ਘਰੋਂ ਕਢਵਾ ਦਿੱਤਾ ਇਬਰਾਹਿਮ ਨੂੰ ਇਹੋ ਜਿਹੀਆਂ ਗੱਲਾਂ ਚਲਾਇਆ ਨਫ਼ਰਤ ਕਰਕੇ ਜਦੋਂ ਘਰੋਂ ਕਢਾਇਆ ਨਾ ਉਹਨੂੰ ਉਹ ਚੱਲ ਪਈ ਪੈਦਲ ਹੀ ਪੁੱਤਰ ਨੂੰ ਲੈ ਕੇ ਜਦੋਂ ਤੁਰੀ ਜਾ ਰਹੀ ਹੈ ਲੰਬਾ ਸਮਾਂ ਕਿਧਰੋਂ ਪਾਣੀ ਨਜ਼ਰ ਆ ਰਿਹਾ ਇੱਕ ਜਗ੍ਹਾ ਆਏ ਪੁੱਤਰ ਅੱਗੇ ਤੁਰਿਆ ਜਾ ਰਿਹਾ ਮਾਂ ਪਿੱਛੇ ਸੀ
ਤੇਰੇ ਮੂੰਹ ਤੋਂ ਇਹਨੂੰ ਅਚਾਨਕ ਕੁਝ ਪਾਣੀ ਨਜ਼ਰ ਆਇਆ, ਕੁਝ ਖੋਏ ਜੀ। ਕਹਿੰਦੀ ਜਮ ਜਮ, ਜਮ ਜਮ ਦਾ ਮਤਲਬ ਹੁੰਦਾ ਠਹਿਰ ਠਹਿਰ। ਤੁਸੀਂ ਜਮ ਜਮ ਤੋਪ ਦਾ ਇੱਕ ਇਤਿਹਾਸ ਸੁਣਿਆ ਹੁਣ ਹੈ, ਜਿਹੜੇ ਹਿਸਟਰੀ ਦੇ ਵਾਕਫ ਨੇ। ਦੁਨੀਆਂ ਵਿੱਚ ਜਮ ਜਮ ਨਾਮ ਦੀ ਤੋਪ ਅਬਦਾਲਤ ਨੇ ਬਣਾਈ। ਮੈਂ ਉਹ ਗੱਲ ਕਹਿਣ ਲੱਗਾ ਸਾਂ ਪਿਆਰਿਓ, ਉਸ ਤੋਪ ਵਰਗੀ ਕੋਈ ਤੋਪ ਨਹੀਂ ਸੀ ਕਿਸੇ ਨੇ ਬਣਾਈ ਵੱਡੀ। ਉਹ ਤੋਪ ਬਾਰੇ ਬਾਅਦ 'ਚ ਗੱਲ ਕਰਦਾ, ਕਿੱਥੋਂ ਨਾਮ ਪਿਆ ਸੀ ਉੱਥੋਂ। ਉਹ ਜਿਹੜੀ ਜਮ ਜਮ ਸੀ ਨਾ, ਉਹਨੇ ਕਿਹਾ ਠਹਿਰ, ਅਤੇ ਉਹਦੇ ਨਾਲ ਕੀ ਹੋਇਆ, ਉੱਥੇ ਦਾ ਉਸ ਨੂੰ ਸ਼ਬਦ ਨੂੰ ਪਵਿੱਤਰ ਮੰਨ ਲਿਆ ਗਿਆ। ਉਹ ਕੋਈ ਅੱਜ ਵੀ ਕਹਿ ਮੁਸਲਮਾਨਾਂ ਨੇ ਸਾਂਭ ਕੇ ਰੱਖੀ, ਉਹਦਾ ਪਾਣੀ ਅੰਮ੍ਰਿਤ ਵਾਂਗੂ ਉਹ ਰੱਖਦੇ ਨੇ ਘਰਾਂ ਦੇ ਅੰਦਰ। ਮਰਨ ਤੋਂ ਪਹਿਲਾਂ ਮੂੰਹ 'ਚ ਵੀ ਪਾਣੀ ਦਾ ਪਤਾ ਲੱਗੇ, ਉਹਨੂੰ ਪਵਿੱਤਰ ਮੰਨਿਆ ਜਾਂਦਾ ਹੈ। ਉਹ ਜਿਹੜੇ ਸੀ ਨਾ ਗੁਰੂ ਕੇ ਪਿਆਰੇ, ਦੋ ਪੁੱਤਰ ਇੱਕ ਰਾਣੀ ਦੀ ਕੁੱਖ ਤੋਂ ਅਤੇ ਇੱਕ ਗੋਰੀ ਹਜ਼ਰਾ ਤੋਂ। ਹਜ਼ਰਾ ਦੀ ਕੁੱਖ ਤੋਂ ਜਿਹੜੇ ਸਨ ਇਸਮਾਇਲ, ਉਹਦੀ ਸੰਤਾਨ ਵਿੱਚੋਂ ਅੱਗੋਂ ਜਾ ਕੇ ਹਜ਼ਰਤ ਮੁਹੰਮਦ ਸਾਹਿਬ ਪੈਦਾ ਹੋਏ, ਅਤੇ ਜਿਹੜੇ ਇਸਹਾਕ ਸੀ ਸਰਾ ਦਾ ਪੁੱਤਰ, ਉਹਦੇ 'ਚੋਂ ਸਮਾਂ ਪਾ ਕੇ ਜੀਸਸ ਸਾਹਿਬ ਪੈਦਾ ਹੋਏ। ਇਹ ਦੋ ਉੱਥੋਂ ਧਰਮ ਚੱਲਦੇ, ਦੋਨਾਂ ਦੀ ਆਪਸ ਵਿੱਚ ਸੀ ਟੱਕਰ। ਗੁਰੂ ਕੇ ਪਿਆਰੇ, ਉਦੋਂ ਤੋਂ ਨਫ਼ਰਤ ਚੱਲੀ ਆ ਰਹੀ ਇੱਕ ਦੂਸਰਿਆਂ ਨੂੰ ਖਤਮ ਕਰਨ ਦਾ, ਈਸਾਈਆਂ ਦਾ ਧਰਮ ਬਣ ਗਿਆ ਅਤੇ ਮੁਸਲਮਾਨਾਂ ਦਾ। ਫਿਰ ਉਸ ਤੋਂ ਬਾਅਦ ਹਜ਼ਰਤ ਮੁਹੰਮਦ ਸਾਹਿਬ ਨੇ ਪੂਰਾ ਜ਼ੋਰ ਲਾਇਆ ਕਿ ਵੱਧ ਤੋਂ ਵੱਧ ਇਸਲਾਮ ਵਿੱਚ ਕਿਵੇਂ ਲਿਆਉਣਾ ਹੈ, ਅਤੇ ਜਿਹੜੇ ਜੀਸਸ ਵਾਲੇ ਸਨ ਆਪਣੇ 'ਚ ਮੁਸਲਮਾਨ, ਉਹਨਾਂ ਨੇ ਤਲਵਾਰ 'ਤੇ ਜ਼ੋਰ ਨਾਲ ਲੋਕਾਂ ਨੂੰ ਧਰਮ 'ਚ ਲਿਆਂਦਾ, ਅਤੇ ਈਸਾਈਆਂ ਨੇ ਲਾਲਚ ਦੇ ਕੇ ਤਾਂ ਅੱਜ ਵੀ ਕਰਨਗੇ, ਤੁਹਾਡੇ ਬੱਚੇ ਫ੍ਰੀ ਪੜ੍ਹਾਉਣਗੇ, ਤੁਸੀਂ ਸਾਡਾ ਧਰਮ ਧਾਰਨ ਕਰ ਲਓ, ਵੱਡੀ ਦੇ ਕੇ ਧਰਮ ਵਿੱਚ ਲਿਆਉਣਾ। ਇੱਥੇ ਤਾਂ ਅਸੀਂ ਕੋਈ ਵੱਡੀ ਨਹੀਂ ਦਿੰਦੇ, ਨਾ ਤਲਵਾਰ ਵਿਖਾਈ ਜਾਂਦੀ, ਇੱਥੇ ਪੰਗਤ ਅਤੇ ਸੰਗਤ ਦੇ ਦਰਸ਼ਨ ਕਰਾਏ ਜਾਂਦੇ ਨੇ, ਮਿੱਠਾ ਮਿੱਠਾ ਕੀਰਤਨ ਹੀ ਸੁਣਾਇਆ ਜਾਂਦਾ। ਹਜ਼ਰਤ ਮੁਹੰਮਦ ਸਾਹਿਬ ਦੇ ਪਿਆਰਿਓ, ਅੱਗੋਂ ਜਦੋਂ ਉਹ ਸਰੀਰ ਛੱਡ ਗਏ ਅਤੇ ਉਹਨਾਂ ਨੇ ਸਾਰਿਆਂ ਨੇ ਚੁਣਿਆ ਆਗੂ ਆਪਣਾ ਇਸਲਾਮ ਦਾ ਅਬੂ ਬੱਕਰ, ਜਦੋਂ ਉਹਦੀ ਮੌਤ ਹੋਈ ਅਤੇ ਬਣਿਆ ਉਮਰ, ਉਹਨੂੰ ਖਲੀਫਾ ਕਹਿੰਦੇ, ਉਸ ਤੋਂ ਬਣਿਆ ਉਸਮਾਨ, ਉਸਮਾਨ ਤੋਂ ਬਾਅਦ ਚੌਥਾ ਖਲੀਫਾ ਸੀ ਆਖਰੇ, ਉਹ ਸੀ ਗੁਰੂ ਕੇ ਪਿਆਰੇ ਮੁਹੰਮਦ ਸਾਹਿਬ ਦਾ ਦਮਾਦ ਮੁਹੰਮਦ ਅਲੀ, ਜਿਹਦੇ ਉਹਨਾਂ ਦੀ ਬੇਟੀ ਫਾਤਮਾ ਵਿਆਹੀ ਹੋਈ ਸੀ। ਉਹ ਬਣਿਆ, ਉਹਦੇ ਦੋ ਪੁੱਤਰ ਸਨ ਹਸਨ ਅਤੇ ਹੁਸੈਨ, ਉਹ ਜਦੋਂ ਹੋਏ। ਹੁਣ ਮੁਹੰਮਦ ਅਲੀ ਨੇ ਜਦੋਂ ਉਸ ਤੋਂ ਬਾਅਦ, ਉਹ ਚਾਹੁੰਦਾ ਸੀ ਮੇਰੇ ਪੁੱਤਰਾਂ ਕੋਲ ਇਹ ਪੈਗੰਬਰੀ ਦਾ ਦਾਅਵਾ ਰਵੇ ਖਲੀਫਿਆਂ ਦਾ, ਪਰ ਬਹੁਤ ਸਾਰੇ ਲੋਕ ਚਾਹੁੰਦੇ ਸਨ ਕਿਸੇ ਹੋਰ ਨੂੰ ਮਿਲੇ, ਟਕਰਾਅ ਹੋ ਗਿਆ। ਜਦੋਂ ਹੀ ਮੁਹੰਮਦ ਅਲੀ ਦੀ ਮੌਤ ਹੋਈ ਤਾਂ ਉਦੋਂ ਜਿਹੜਾ ਵਿਰੋਧੀ ਧੜਾ ਸੀ ਉਸ ਦਾ ਭਾਰੂ ਹੋ ਗਿਆ। ਗੁਰੂ ਕੇ ਪਿਆਰਿਓ, ਉਹਨਾਂ ਨੇ ਹਸਨ ਹੁਸੈਨ ਨੂੰ, ਦੋਨਾਂ ਨੂੰ ਅਤੇ ਉਸਦੀ ਮਾਂ ਤੇ ਖੈਰ ਨਹੀਂ ਸੀ, ਉਹਨਾਂ ਨੂੰ ਨਾ ਉੱਥੋਂ ਅਤੇ ਉਹਦੇ ਸਾਥੀਆਂ ਨੂੰ ਮੱਕਾ ਮਦੀਨਾ ਛੱਡਣ 'ਤੇ ਮਜਬੂਰ ਕਰ ਦਿੱਤਾ। ਇੰਨੇ ਭਾਰੂ ਹੋ ਗਏ, ਉਹਨਾਂ ਨੇ ਆਪਣਾ ਆਗੂ ਹੋਰ ਬਣਾ ਲਿਆ ਗੁਰੂ ਕੇ ਪਿਆਰਿਓ। ਪਰ ਜਦੋਂ ਖੈਰ ਇਹ ਭੱਜ ਗਏ, ਇਹ ਚਾਹੁੰਦੇ ਇਹਨਾਂ ਨੂੰ ਖਤਮ ਕਰਨਾ, ਕਰਬਲਾ ਦੀ ਜਗ੍ਹਾ 'ਤੇ ਘੇਰੇ ਵਿੱਚ ਲੈ ਲਿਆ ਇਹਨਾਂ ਨੇ, ਪਿੱਛਾ ਕੀਤਾ। ਕਹਿੰਦੇ ਹਜ਼ਰਤ ਸਾਹਿਬ ਦੇ ਉਧਰੋਂ ਸੰਤਾਨ ਨੂੰ ਮਾਰੀਏ ਨਾ ਜੰਗ ਨਾਲ, ਕੀ ਤਰੀਕਾ, ਇਹ 70 ਆਦਮੀ ਸਨ ਕਿ 72, ਘੇਰਾ ਪਾ ਲਿਆ, ਉੱਧਰ ਪਾਣੀ ਨਹੀਂ ਸੀ ਬਿਲਕੁਲ, ਇਹੋ ਜਗ੍ਹਾ 'ਤੇ ਘੇਰੇ, ਇੰਨਾ ਲੰਬਾ ਘੇਰਾ ਪਾਇਆ, ਉਹ 70-72 ਆਦਮੀ ਤੜਫ ਤੜਫ ਕੇ ਮਰ ਗਏ। ਜਿਹੜੇ ਹਸਨ ਹੁਸੈਨ ਵਾਲੇ ਸਨ ਉਸ ਦੇ, ਉਹਨਾਂ ਨੂੰ ਕਿਹਾ ਜਾਂਦਾ ਸ਼ੀਆਂ, ਅਤੇ ਜਿਨ੍ਹਾਂ ਨੇ ਖਤਮ ਕੀਤਾ ਸੁੰਨੀ, ਉਹ ਅੱਜ ਤੱਕ ਸ਼ੀਆਂ ਸੁੰਨੀ ਤੁਸੀਂ ਵੇਖਦੇ ਹੋ ਰੋਜ਼ ਬੰਬ ਮਾਰ ਮਾਰ ਕੇ ਇੱਕ ਦੂਜੇ ਨੂੰ ਮਾਰਦੀ ਜਾ ਰਹੇ ਨੇ। ਨਫ਼ਰਤ ਤੋਂ ਕਹਾਣੀ ਸ਼ੁਰੂ ਹੁੰਦੀ ਅਤੇ ਨਫ਼ਰਤ 'ਤੇ ਲਗਾਤਾਰ ਚੱਲੀ ਜਾਤੀ, ਨਫ਼ਰਤ ਦੀ ਨਫ਼ਰਤ। ਪਰ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਦੇ ਘਰ ਅੰਦਰ ਭਾਵੇਂ ਕਲਮ ਚੱਲੇ, ਭਾਵੇਂ ਤਲਵਾਰ ਚੱਲੇ, ਭਾਵੇਂ ਲੰਗਰ ਦੀ ਕੜਛੀ ਚੱਲੇ, ਅਤੇ ਭਾਵੇਂ ਗੁਰੂ ਕੇ ਪਿਆਰਿਓ ਇਹਨਾਂ ਦੇ ਰਸਨਾ ਤੁਕ ਬੋਲ ਨਿਕਲੇ, ਹਰ ਬੋਲ ਵਿੱਚ ਕਿਸੇ ਦੀ ਜਾਨ ਲੈਣੀ ਨਹੀਂ। ਜਿਹੜਾ ਕੋਈ ਜਾਨ ਲੈ ਰਿਹਾ, ਉਸ ਜਾਨ ਨੂੰ ਬਚਾਉਣ ਲਈ ਇਹ ਆਪਣੀ ਜਿੰਦ ਕੁਰਬਾਨ ਕਰਦੇ ਦੇ ਘਰ ਇਹਨਾਂ ਦੇ ਅੰਦਰ ਆਉਂਦਾ ਹੀ ਨਹੀਂ, ਇਹ ਬਗਾਨੇ ਖਾਨ। ਕਿਉਂਕਿ ਸਤਿਗੁਰੂ ਜੀ ਨੇ ਜੋ ਕੀਤਾ ਉਹ ਸਿੱਖਾਂ ਨੇ ਕਰਕੇ ਵਿਖਾਇਆ, ਕੇਵਲ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਬਾਣੀ 'ਚ ਲਿਖਿਆ ਨਹੀਂ, ਉਹ ਸਿੱਖਾਂ ਨੇ ਜਿਉਂ ਕੇ ਵਿਖਾਇਆ ਹੈ। ਸਾਹਿਬ ਕਹਿੰਦੇ ਨੇ ਨਾ ਕੋ ਬੈਰੀ ਨਹੀਂ ਬੇਗਾਨਾ,
ਸਗਲ ਸੰਗ ਕਮ ਕੋ ਬਨਿਆਈ। ਕੇਵਲ ਇੱਕ ਦੋ ਮਿੰਟ ਲੱਗੇਗਾ, ਗੱਲ ਚੱਲੀ ਸੀ ਜਮ ਜਮ ਦੀ, ਉਹ ਬਦਲ ਇਹਨੇ ਇੱਕ ਤੋਪ ਬਣਾਈ ਅਤੇ ਉਹਦਾ ਨਾਂ ਰੱਖਿਆ ਜਮ ਜਮ, ਕਿਉਂਕਿ ਉਹਦਾ ਨਾਂ ਸੀ ਪਵਿੱਤਰ ਜਾਣਦੇ ਨੇ। ਉਹ ਐਡੀ ਤਕੜੀ ਤੋਪ ਤਿਆਰ ਹੋ ਗਈ ਅਜੇ ਉਹਦੇ ਥੱਲੇ ਪਈ ਹੈ ਅਤੇ ਬੇਸ ਕਲਾ ਬਣ ਵਾਲਾ ਰਹਿ ਗਿਆ ਸੀ। ਉਹ ਲਾਹੌਰ ਤੋਂ ਬਣਵਾ ਰਿਹਾ ਸੀ ਵੱਡੇ ਵੱਡੇ ਕਾਰੀਗਰਾਂ ਤੋਂ ਪਿੱਤਲ ਅਤੇ ਤਾਂਬਾ ਲਾ ਕੇ, ਇਹਦੀ ਮਸ਼ਹੂਰੀ ਪਹਿਲਾਂ ਹੀ ਬੜੀ ਹੋ ਗਈ। ਉਹਨੂੰ ਵਾਪਸ ਜਾਣਾ ਪੈ ਗਿਆ, ਮੁੜ ਕੇ ਕਦੇ ਆ ਨਹੀਂ ਸਕਿਆ। 1760 ਵਿੱਚ ਉਹ ਬਣੀ ਸੀ, 1773 ਵਿੱਚ ਪਹਿਲਾ ਸਰਦਾਰ ਹਰੀ ਸਿੰਘ ਭੰਗੀ ਨੇ ਕਬਜ਼ੇ 'ਚ ਲਈ, ਮੁੜ ਕੇ ਚੰਦਾ ਸਿੰਘ ਨੇ, 1802 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਲਿਆਂਦੀ ਅਤੇ ਉੱਥੇ ਲਿਆ ਕੇ ਉਹਨੇ ਨੂੰ ਪਹੀਏ ਲਵਾ ਕੇ ਉਹਦਾ ਬੇਸ ਬਣਾਇਆ ਅਤੇ ਜਿਹੜੀਆਂ ਸਿੱਖ ਰਾਜ ਨੇ 5 ਜੰਗਾਂ ਵੱਟੀਆਂ ਲੜੀਆਂ ਗਈਆਂ, ਉਹਦੇ 'ਚੋਂ ਜੰਮ ਜੰਮ ਦੀ ਤੋਪ ਨੂੰ ਵਰਤਿਆ ਗਿਆ। ਮੁਲਤਾਨ ਦੀ ਆਖਰੀ ਜੰਗ ਸੀ, ਉਹਦੇ 'ਚ ਉਸਨੇ ਮੁਲਤਾਨ 'ਤੇ ਫਤਿਹ ਪਾ ਲਈ, ਪਹੀਆ ਟੁੱਟ ਗਿਆ। ਮੁੜ ਕੇ ਉਸੇ ਤੋਪ ਨੂੰ ਲਿਆ ਕੇ ਲਾਹੌਰ ਦਿੱਲੀ ਗੇਟ 'ਤੇ ਸਜਾ ਦਿੱਤਾ ਗਿਆ ਯਾਦਗਾਰੀ ਵਜੋਂ। ਉੱਥੋਂ ਗੁਰੂ ਕੇ ਪਿਆਰਿਓ ਬਾਅਦ ਵਿੱਚ 1800 'ਚ ਜਾ ਕੇ 60 ਦੇ ਕਰੀਬ ਅੰਗਰੇਜ਼ਾਂ ਨੇ ਉੱਥੋਂ ਚੁੱਕ ਕੇ ਫਿਰ ਅਨਾਰਕਲੀ ਜੋ ਬਾਜ਼ਾਰ 'ਤੇ ਗਏ ਉੱਥੇ ਜਗ੍ਹਾ ਹੈ ਉੱਥੇ ਉਹਨੂੰ ਸਜਾ ਦਿੱਤਾ ਗਿਆ। ਜਿਹੜੀਆਂ ਵੱਡੀਆਂ ਵੱਡੀਆਂ ਤਾਕਤਾਂ ਨੇ ਮੇਰੇ ਕਹਿਣ ਤੋਂ ਭਾਵ ਕਿਸੇ ਨਾ ਕਿਸੇ ਰੂਪ ਦੇ ਅੰਦਰ ਉਹ ਗੁਰੂ ਕਿਆ ਸਿੱਖਾਂ ਦੇ ਸਾਹਮਣੇ ਚੁੱਕੀਆਂ ਵੀ ਅਤੇ ਵਰਤਿਆ ਅਤੇ ਇਹਨਾਂ ਨੇ ਵਰਤਿਆ ਕਹਿ ਭਲੇ ਲਈ। ਸਤਿਗੁਰੂ ਜੀ ਕਿਰਪਾ ਕਰਨ, ਆਪਣਾ ਜੇ ਬਾਣੀ ਵੱਲ ਤੁਰੀਏ ਤਾਂ ਉਦੋਂ ਵੀ ਸਿਰ ਚੁੱਕਦੇ ਨੇ ਅਤੇ ਜੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਬਾਣੀ ਜੀਵੀ ਇਤਿਹਾਸ ਸਿਰਜਿਆ ਉਹਨਾਂ ਵਰਗਾ ਵੀ ਕੋਈ ਦੂਜਾ ਨਹੀਂ ਜਗਤ ਵਿੱਚ ਨਜ਼ਰ ਆਉਂਦਾ। ਮਹਾਰਾਜ ਮਿਹਰ ਕਰਨ, ਆਪਣੀ ਸਮੁੱਚੀ ਕੌਮ ਨੂੰ ਗੁਰਬਾਣੀ ਚੇਤਾ ਰਹੇ ਅਤੇ ਇਤਿਹਾਸ ਚੇਤਾ ਰਹੇ, ਤਾਂ ਕਿ ਜੇ ਚੇਤਾ ਰਹੇ ਫਿਰ ਅਸੀਂ ਦੁਨੀਆਂ ਵਿੱਚ ਪਛੜੇ ਜੀ ਨਹੀਂ ਮਹਿਸੂਸ ਕਰਾਂਗੇ ਆਪਣਾ ਸਰੂਪ ਦੇਖ ਕੇ। ਜਾਂ ਬਾਣੀ ਬਾਣਾ ਵੀ ਅਸੀਂ ਪੱਛੇ ਐਡਵਾਂਸ ਮੁਲਕ ਨਾਲ ਰਲਣਾ, ਆਖਾਂਗੇ ਸਭ ਤੋਂ ਐਡਵਾਂਸ ਸੋਚ ਅਤੇ ਜ਼ਿੰਦਗੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਕੋਲ ਏ, ਗੁਰੂ ਕਿਆ ਸਿੱਖਾਂ ਕੋਲ ਏ। ਸਾਡਾ ਮਾਣ ਨਾਲ ਸਿਰ ਉੱਚਾ ਵੀ ਹੁੰਦਾ ਅਤੇ ਸਤਿਗੁਰੂ ਦੇ ਚਰਨਾਂ ਦੇ ਅੰਦਰ ਝੁਕਦਾ ਏ। ਅੱਜ ਇੰਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਦੀ ਖਿਮਾ ਕਰਨੀ, ਕੱਲ੍ਹ ਨੂੰ ਉਹੀ ਲੜੀ ਫਿਰ ਅੱਗੇ ਤੋਰਾਂਗੇ ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਮਹਾਰਾਜ ਜੀ ਦੇ ਬਚਨ ਕਮਾਏ। ਰੁਹਾਨੀਅਤ ਦੇ ਸਫ਼ਰ ਦੀ ਬਾਤ ਜਿੰਨੀ ਕੁ ਸਤਿਗੁਰੂ ਸੋਝੀ ਪਾਉਂਦੇ ਉਹ ਤੁਹਾਡੇ ਨਾਲ ਮਿਲ ਕੇ ਸਾਂਝੀ ਕਰਾਂਗੇ। ਵੀ ਪਹਿਲਾ ਬਚਨ ਸੰਗਤ ਵਿੱਚ ਆਉਣਾ, ਦੂਜਾ ਸੀ ਕੱਲ ਸੰਗਤ 'ਚ ਸੁਣ ਕੇ ਮੰਨੀਏ ਅਤੇ ਕਿੱਡੀ ਛੇਤੀ ਕਿਰਪਾ। ਪਰ ਜਿਹੜੇ ਮੰਨ ਲੈਂਦੇ ਨੇ ਉਹ ਇੱਕਦਮ ਨਹੀਂ, ਉਹਨਾਂ ਦਾ ਸਫ਼ਰ ਕਿਵੇਂ ਤੈਅ ਹੁੰਦਾ ਆਪਾਂ ਕੱਲ੍ਹ ਬੇਨਤੀ ਕਰਾਂਗੇ। ਗੁਰਬਾਣੀ ਕੀ ਬਚਨ ਕਰਦੀ, ਜਦੋਂ ਸਿੱਖੀ ਕਮਾਉਂਦੇ ਨੇ, ਸਿੱਖਾਂ ਨੇ ਕਮਾਈ, ਜਿਹਨਾਂ ਦਾ ਕਮਾਈ ਦਾ ਧਿਆਨ ਧਰੀਦਾ ਅਰਦਾਸ 'ਚ, ਉਹ ਜਿਹੜਾ ਪੀਰੀਅਡ ਹੈ ਉਹ ਸਮਾਂ ਬਹੁਤ ਮੁਸ਼ਕਲਾਂ ਭਰਿਆ ਲੰਘਦਾ ਹੈ ਅਤੇ ਅੰਤਾਂ ਦਾ ਪਿਆਰਾ ਉਹ ਹਾਲਤ ਕੀ ਹੈ, ਕਿਵੇਂ ਸਾਨੂੰ ਉੱਚਾ ਕਰਦੀ, ਦੁਨੀਆ ਥੱਲੇ ਖਿੱਚਦੀ ਹੈ ਅਤੇ ਮਨ ਖਿੱਚਦਾ, ਉਹ ਟਕਰਾਅ ਦੇ ਦਰਸ਼ਨ ਕੱਲ ਕਰਾਂਗੇ। ਆਓ ਪਿਆਰ ਨਾਲ ਫਤਿਹ ਬੁਲਾਓ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।